ਬਾਬੇ ਭੜਭਾਗ ਸਿੰਘ ਦੇ ਕਹਿੰਦੇ ਜੀ ਭੂਤ ਚੁੰਬੜੇ ਹੋਏ ਆ ਉਹ ਭੂਤਾਂ ਨੂੰ ਕੱਢ ਦਿੰਦਾ ਹੈ। ਇਹਦੀ ਹਿਸਟਰੀ ਇਹ ਹੈ ਵੀ ਇਹਨੇ ਕਰਤਾਰਪੁਰ ਸਾਹਿਬ ਦੇ ਵਿੱਚ ਗੁਰਦੁਆਰਾ ਥੰਮ ਸਾਹਿਬ ਦੇ ਵਿੱਚ ਬੈਠ ਕੇ ਇਹ ਭੂਤ ਕੱਢਦਾ ਹੁੰਦਾ ਸੀਗਾ। ਇਹਦੇ ਉੱਤੇ ਹਮਲਾ ਕਰ ਦਿੱਤਾ ਜਲੰਧਰ ਵਾਲੇ ਹਾਕਮ ਨੇ ਮੁਸਲਿਮ ਨੇ। ਅੱਛਾ ਜੀ। ਜਦੋਂ ਹਮਲਾ ਕਰ ਦਿੱਤਾ ਇਹਨੂੰ ਭਜਾ ਦਿੱਤਾ ਇਹਨੇ ਫਿਰ ਸ਼ਰਨ ਲਈ ਦਲ ਖਾਲਸਾ ਦੀ। ਦਲ ਖਾਲਸਾ ਨੇ ਆ ਕੇ ਉਹ ਮੁਸਲਮਾਨ ਰਾਜੇ ਨੂੰ ਉੱਥੋਂ ਭਜਾਇਆ, ਥੰਮ ਸਾਹਿਬ ਨੂੰ ਦੁਬਾਰਾ ਸਹੀ ਕਰਵਾਇਆ ਅਤੇ ਇਹਨੂੰ ਇਹ ਗੱਲ ਕਹੀ ਵੀ ਹੁਣ ਤੇਰੀ ਮਦਦ ਤਾਂ ਕਰੀ ਅਸੀਂ ਵੀ ਤੂੰ ਅੱਗੇ ਵਾਸਤੇ ਇਹ ਕਿੱਤਾ ਨਹੀਂ ਕਰੇਗਾ। ਜਦੋਂ ਦਲ ਖਾਲਸਾ ਉੱਥੋਂ ਪਾਸੇ ਹਟਿਆ ਇਹਨੇ ਫਿਰ ਉਹੀ ਕੰਮ ਸ਼ੁਰੂ ਕਰ ਦਿੱਤਾ। ਅਤੇ ਜਦੋਂ ਉਹਨਾਂ ਕੋਲ ਰਿਪੋਰਟ ਗਈ ਉਹ ਫਿਰ ਆ ਗਏ ਸ਼ਸਤਰਧਾਰੀ ਤਾਂ ਹੀ ਉਹ ਖਾਲਸਾ, ਉਹਨਾਂ ਨੇ ਆ ਕੇ ਇਹਨੂੰ ਕਿਹਾ ਬਈ ਫਿਰ ਨਹੀਂ ਤੇਰਾ ਕੀਰਤਨ ਸੋਲਾ ਪੜ੍ਹਦੇ ਹਾਂ ਅਸੀਂ ਜਾਂ ਛੱਡ ਜਾ ਇੱਥੋਂ ਜ਼ਿਆਦਾ। ਉਹ ਬੀਬੀ ਨੂੰ ਸਿਰ ਦੇ ਉੱਤੇ ਉਹ ਪੁਰਾਣੇ ਟਾਈਮਾਂ 'ਚ ਇੱਕ ਗਾਗਰ ਰੱਖ ਕੇ ਜਾਂ ਕੋਈ ਝੋਲਾ ਜਿਹਾ ਜਾਣਾ ਪੈਂਦਾ ਸੀ ਲੱਸੀ ਲੈ ਕੇ ਰੋਟੀ ਲੈ ਕੇ, ਦਮ ਚੜ੍ਹਨ ਲੱਗ ਗਿਆ ਬੈਠ ਕੇ ਜਾਂਦੀ ਰਹੀ। ਫਿਰ ਅਖੀਰ ਨੂੰ ਜਦ ਨਾ ਜਾ ਹੋਇਆ ਘਰਦਿਆਂ ਨੂੰ ਕਿਹਾ, ਘਰ ਦੇ ਕੰਮ ਦੇ ਖਾਧੇ ਵੀ ਅਸੀਂ ਦਵਾਈ ਨਹੀਂ ਸੀ ਦਵਾਉਂਦੇ, ਦਵਾਈ ਨੂੰ ਪੁੱਛੀ ਕੋਈ ਨਹੀਂ। ਫਿਰ ਉਹਨੇ ਇੱਕ ਢੰਗ ਨਿਕਾਲ ਲਿਆ ਵੀ ਸਿਰ ਹਿਲਾਉਣ ਲੱਗ ਗਏ ਇਸ ਤਰ੍ਹਾਂ ਵੀ ਮੈਨੂੰ ਤਾਂ ਕਸਰ ਹੁੰਦੀ ਹੈ, ਸਾਰਾ ਹੀ ਪਰਿਵਾਰ ਨੱਠਿਆ ਫਿਰਿਆ। ਫਿਰ ਉਹ ਕਹਿੰਦਾ ਜੀ ਤੁਹਾਡੇ ਇਲਾਕੇ ਵਿੱਚ ਤਾਂ ਅਸੀਂ ਕਈਆਂ ਦੇ ਭੂਤ ਕੱਢ ਕੇ ਆਏ ਹੋਏ। ਮੈਂ ਕਿਹਾ ਜੀ ਕੋਈ ਸੁਣਾਓ। ਫਿਰ ਉਹਨੇ ਇਹ ਸੁਣਾਈ, ਕਹਿੰਦਾ ਵੀ ਅੱਜ ਤਾਂ ਮੈਂ ਹਟਾ ਕੇ ਜਾਊਂਗਾ ਜਿਹੜਾ ਵੀ ਕੋਈ ਕਸਰ ਹੈ ਜਾਂ ਇਹਨੂੰ ਭੂਤ ਹੈ, ਬਈ ਮਾਰ ਮਾਰ ਕੇ ਨਾ ਇਹਦੇ ਚੁੰਮਟੇ ਇਹਦੀ ਮੈਂ ਆ ਪਿੱਠ ਲਾਲ ਕਰ ਦੇਣੀ ਹੈ, ਭਜਾ ਕੇ ਜਾਊਂਗਾ ਅੱਜ। ਕਹਿੰਦਾ ਭਾਈ ਗੱਲ ਦੱਸ ਦੇ ਕਿਆ। ਕਹਿੰਦੀ ਬਾਬਾ ਜੀ ਮੈਨੂੰ ਕਸਰ ਹੁੰਦੀ। ਕਹਿੰਦਾ ਜਿਹੜੀ ਕਸਰ ਹੁੰਦੀ ਉਹ ਸਾਨੂੰ ਪਤਾ, ਅਸੀਂ ਉਹੀ ਕਰਦੇ ਹਾਂ, ਗੱਲ ਦੱਸ ਦੇ, ਨਹੀਂ ਮੇਰੇ ਕੋਲ ਤਾਂ ਉਹੀ ਇਲਾਜ ਹੈ। ਫਿਰ ਮੈਂ ਮਾਰ ਮਾਰ ਕੇ ਚੁੰਮਟੇ ਆ ਖੁਰਚਣੇ ਭੂਖ ਨੇ, ਤੇਰਾ ਪਿੰਡਾ ਮੈਂ ਸਾੜ ਦੇਣਾ ਸਾਰੇ ਗੱਲ। ਕਹਿੰਦੀ ਐਂ ਬਾਬਾ ਜੀ ਫਿਰ ਤੁਸੀਂ ਘਰਦਿਆਂ ਨੂੰ ਦੱਸ ਦੇਣਾ। ਉਹ ਕਹਿੰਦਾ ਮੈਂ ਘਰਦਿਆਂ ਨੂੰ ਕੌਣ ਦੱਸੂੰਗਾ, ਅਸੀਂ ਸਿਆਣੇ ਕਾਹਦੇ ਹਾਂ, ਫਿਰ ਤੇਰਾ ਵੀ ਹੱਲ ਕਰੂੰਗਾ ਉਹਨਾਂ ਦਾ ਵੀ ਹੱਲ ਕਰੂੰਗਾ, ਮੈਂ ਆਪਣਾ ਵੀ ਹੱਲ ਕੱਢ ਕੇ ਜਾਣਾ ਵਿੱਚੋਂ। ਕਹਿੰਦੇ ਆ ਜਾਓ ਬਈ, ਚੀਜ਼ ਫਕੜੀ ਗਈ, ਆ ਜਾਓ ਬਾਬਾ ਜੀ ਦੱਸੋ। ਫਿਰ ਕਹਿੰਦਾ ਹੁਣ ਨਹੀਂ ਦੱਸਣਾ ਮੈਂ, ਜਾਓ ਹੁਣ ਤੁਸੀਂ ਮੁਰਿੰਡੇ 'ਤੇ ਲਿਆਓ ਮੁਰਗੇ ਦਾ ਮੀਟ ਲਿਆਓ 2 ਕਿਲੋ। ਇੱਕ ਵਾਰ ਇੱਕ ਬੀਬੀ ਲੜਕੀ ਸੀ ਅਨਮੈਰਿਡ, ਉਹ ਕਹਿੰਦੀ ਉਹਨੇ ਪਖੰਡ ਜਿਹਾ ਕਰ ਲਿਆ ਘਰ, ਅੰਮ੍ਰਿਤਸਰ ਗੱਡੀ ਜਾਣੀ ਸੀ ਪਿੰਡ ਤੋਂ ਗੁਰਦੁਆਰੇ ਸਾਹਿਬ ਦੇ ਦਰਸ਼ਨਾਂ ਵਾਸਤੇ, ਘਰਦਿਆਂ ਨੂੰ ਕਹਿੰਦੀ ਵੀ 100 ਰੁਪਇਆ ਦਿਓ ਮੈਨੂੰ। ਲਓ ਜੀ ਉਹ ਲੱਗ ਪਈ ਖੇਲਾਂ ਮੇਲਾਂ ਕਰਨ ਰਾਤ ਨੂੰ, ਮੇਰੇ ਕੋਲ ਰਾਤ ਨੂੰ ਆਏ ਕਹਿੰਦੇ ਡਾਕਟਰ ਸਾਹਿਬ ਵੀ ਬਹੁਤ ਉੱਚੀ ਉੱਚੀ ਚੀਕਾਂ ਮਾਰਦੀ ਹੈ ਵੀ ਦਰਦ ਹੁੰਦਾ ਹੈ, ਤਾਂ ਮੈਂ ਉਹਨੂੰ ਦਵਾਈ ਦਿੱਤੀ। ਪਰ ਮੈਂ ਉਹਦੀ ਓਬਜ਼ਰਵੇਸ਼ਨ ਕਰਨ ਲੱਗ ਗਿਆ ਵੀ ਇਹਨੂੰ ਕਿਆ ਚੱਕਰ ਕਿਹਾ ਹੈਗਾ। ਉਹ ਹੌਲੀ ਦੇਖ ਨਾ ਐਂ ਪਾਸਾ ਜਿਹਾ ਲੈ ਕੇ ਮਿੰਜੇ ਤੋਂ ਹੇਠਾਂ ਗਿਰ ਜਾ ਕਰੇ ਵੀ ਸੱਟ ਵੀ ਨਾ ਵੱਜੇ, ਮੈਂ ਦੇਖਦਾ ਰਿਹਾ ਵੀ ਇਹ ਤਾਂ ਜਾਣ ਕੇ ਕਰਦੀ। ਉੱਥੇ ਇੱਕ ਮਾਸਟਰ ਜੀ ਬੈਠੇ ਸੀਗੇ, ਮੈਂ ਕਿਹਾ ਮਾਸਟਰ ਜੀ ਮੈਂ ਪਾਸੇ ਕਰਕੇ ਕਿਹਾ, ਮੈਂ ਕਿਹਾ ਤੁਸੀਂ ਜਾਂਚਿਆ ਕੋ। ਕਹਿੰਦਾ ਹਾਂ ਇਹ ਤਾਂ ਫਰੇਬ ਕਰਦੀ, ਇਹ ਤਾਂ ਤਤਾਲ ਲਾਉਂਦੀ ਹੈ। ਮੈਂ ਕਿਹਾ ਜੀ ਗੱਲ ਤਾਂ ਆਹੀ ਹੈ। ਫਿਰ ਅਸੀਂ ਉਹਦੇ ਨਾਨੇ ਨੂੰ ਬੁਲਾ ਲਿਆ ਵੀ ਗਿਆਨੀ ਜੀ ਐਂ ਦੱਸੋ ਵੀ ਇਹਦਾ ਇਲਾਜ ਤਾਂ ਜਾਂ ਤਾਂ ਤੁਸੀਂ ਕਰੋ ਨਹੀਂ ਫਿਰ ਮੈਂ ਕਰਦਾ, ਦਵਾਈ ਵੀ ਤਾਂ ਇਹਦਾ ਕੋਈ ਇਲਾਜ ਹੈ ਨਹੀਂ ਜੀ। ਕਹਿੰਦਾ ਜੀ ਫਿਰ ਕਰੋ ਤੁਸੀਂ ਉਹ ਕਰੋ। ਮੈਂ ਕਿਹਾ ਫਿਰ ਤੁਸੀਂ ਗੁੱਸਾ ਨਾ ਕਰਿਓ। ਖਾਸੇ ਗੁੱਸੇ 'ਚ ਉਹਦੇ ਮੈਂ 2-3 ਮਾਰੇ ਜ਼ੋਰ ਦੀ ਚਟਾ ਕੇ। ਅੱਛਾ। ਕਹਿੰਦੀ ਹੁਣ ਅਸੀਂ ਚੱਲਦੇ ਹਾਂ, ਪਹਿਲਾਂ ਗੱਲਾਂ ਕਰਦੀ ਸੀ। ਪੰਜਾਬੀ ਲੋਕ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ, ਮੈਂ ਜਗਦੀਪ ਸਿੰਘ ਥਲੀ, ਸਤਿ ਸ਼੍ਰੀ ਅਕਾਲ ਜੀ। ਜ਼ਮਾਨਾ ਮਾਡਰਨ ਹੋ ਗਿਆ, ਸਾਡਾ ਖਾਣ ਪੀਣ ਦਾ ਢੰਗ ਬਦਲ ਗਿਆ, ਸਾਡਾ ਪਹਿਰਾਵਾ ਬਦਲ ਗਿਆ, ਸਾਡੀ ਸੋਚ ਬਦਲ ਗਈ।
ਇਸ ਚੀਜ਼ ਨੂੰ ਅਸੀਂ ਮਾਡਰਨ ਦੱਸ ਰਹੇ ਹਾਂ। ਪਰ ਜੇਕਰ ਦੇਖੀਏ ਤਾਂ ਅਸੀਂ ਅੱਜ ਕਹਿੰਦੇ ਹਾਂ ਵੀ ਸਾਡਾ ਦੇਸ਼ ਤਰੱਕੀ ਕਰ ਗਿਆ, ਲੋਕ ਤਰੱਕੀ ਕਰ ਗਏ, ਸਾਇੰਸ ਨੇ ਤਰੱਕੀ ਕਰ ਲਈ, ਪਰ ਸਾਡੀ ਸੋਚ ਜਿਹੜੀ ਹੈਗੀ ਉਹ ਤਰੱਕੀ ਨਹੀਂ ਕਰ ਪਾਈ। ਕਾਰਨ ਕੀ ਆ? ਅਸੀਂ ਪੜ੍ਹਾਈਆਂ ਵੀ ਕਰ ਲਈਆਂ, ਅਸੀਂ ਆਪਣੇ ਆਪ ਨੂੰ ਐਜੂਕੇਟਡ ਵੀ ਕਹਾਉਣ ਲੱਗ ਗਏ, ਅਸੀਂ ਮਾਡਰਨ ਵੀ ਕਹਾਉਣ ਲੱਗ ਗਏ, ਪਰ ਪਖੰਡਵਾਦ ਦੇ ਵਿੱਚੋਂ ਨਹੀਂ ਆਪਾਂ ਨਿਕਲ ਪਾਏ। ਉਹਦਾ ਕੀ ਕਾਰਨ ਹੈ ਕਿ ਅੱਜ ਪੰਜਾਬ ਦੇ ਵਿੱਚ ਇੰਨੇ ਜ਼ਿਆਦਾ ਡੇਰੇ ਹੋ ਚੁੱਕੇ ਨੇ, ਉੱਥੇ ਜਾ ਕੇ ਮੱਥੇ ਰਗੜੇ ਜਾ ਰਹੇ ਨੇ, ਅੰਧ ਵਿਸ਼ਵਾਸ ਦੇ ਵਿੱਚ ਅਸੀਂ ਇੰਨਾ ਜ਼ਿਆਦਾ ਧੱਸ ਚੁੱਕੇ ਹਾਂ ਕਿ ਸਾਨੂੰ ਰਾਹ ਦਾ ਪਤਾ ਹੀ ਨਹੀਂ ਕਿ ਪ੍ਰਕਾਸ਼ ਹੈ ਕਿੱਧਰ ਆ। ਅੰਧ ਵਿਸ਼ਵਾਸ ਨੂੰ ਹੀ ਅਸੀਂ ਪ੍ਰਕਾਸ਼ ਸਮਝਦੇ ਰਹੇ। ਇਸ ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਦਾ ਵਾਅਦਾ ਕੀਤਾ ਸੀ, ਅਤੇ ਗੱਲ ਪਿਛਲੇ ਐਪੀਸੋਡ ਦੇ ਵਿੱਚ ਡਾਕਟਰ ਸੋਹਣ ਸਿੰਘ ਪਪਰਾਲੀ ਜੀ ਦੇ ਨਾਲ ਕੀਤੀ ਸੀ, ਅਤੇ ਉਹਨਾਂ ਨੇ ਇੱਕ ਡੇਰੇ ਬਾਬਾ ਵਡਭਾਗ ਸਿੰਘ ਦੇ ਡੇਰੇ ਦੀ ਗੱਲ ਕਹੀ ਸੀ ਕਿ ਉਸਦੇ ਬਾਰੇ ਅਸੀਂ ਗੱਲ ਕਰਨੀ ਹੈ, ਅਤੇ ਉਸੇ ਵਾਅਦੇ ਦੇ ਮੁਤਾਬਿਕ ਅੱਜ ਅਸੀਂ ਡਾਕਟਰ ਸੋਹਣ ਸਿੰਘ ਜੀ ਪਪਰਾਲੀ ਹੋਰਾਂ ਦੇ ਨਾਲ ਫਿਰ ਬੈਠੇ ਹਾਂ, ਅਤੇ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਧੰਨਵਾਦ ਜੀ। ਅਤੇ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਸੀ, ਆਪਾਂ ਵਡਭਾਗ ਸਿੰਘ ਦੇ ਡੇਰੇ ਦੀ ਗੱਲ ਕਰਨੀ ਹੈ, ਬਾਬਾ ਵਡਭਾਗ ਸਿੰਘ, ਅਤੇ ਉਹ ਕੀ ਸੀ, ਕੀ ਗੱਲ ਕਰਨੀ ਹੈ ਜੀ ਆਪਾਂ ਨੇ, ਕਿਉਂਕਿ ਉੱਥੇ ਜਾਂਦੇ ਨੇ ਲੋਕ, ਜਾ ਰਹੇ ਨੇ, ਉਹਦਾ ਕਾਰਨ ਕੀ ਹੈ, ਅਤੇ ਹੋਰ ਉੱਥੇ ਕਿਹੜੇ ਕਿਹੜੇ ਅੰਧ ਵਿਸ਼ਵਾਸ ਹੋ ਰਹੇ ਨੇ, ਉਹ ਵੀ ਜ਼ਰਾ ਦੱਸੋ। ਸਾਧ ਸੰਗਤ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਲਗਭਗ ਸਾਰੀ ਡੇਰੇਦਾਰੀ ਅੰਧ ਵਿਸ਼ਵਾਸ ਦਾ ਹੀ ਨਤੀਜਾ ਹੈ ਜੀ। ਬਾਬਾ ਵਡਭਾਗ ਸਿੰਘ ਧੌਲੀ ਧਾਰ ਹਿਮਾਚਲ ਦੇ ਵਿੱਚ ਹੈ, ਪਹਾੜਾਂ ਦੇ ਵਿੱਚ, ਦਰਸ਼ਨ ਤਾਂ ਦੇਖਿਆ ਤਾਂ ਨਹੀਂ ਕਦੇ ਦਾਸ ਨੇ, ਪਰ ਜੋ ਸੁਣਿਆ ਔਰ ਜੋ ਪੜ੍ਹਿਆ ਉਹ ਆਪ ਜੀ ਨਾਲ ਸਾਂਝੀ ਕਰਦਾ ਜੀ। ਦੇਖਣ ਦਾ ਇਰਾਦਾ ਵੀ ਕੋਈ ਨਹੀਂ ਹੈ, ਕਿਉਂਕਿ ਕੁਫਰ ਨੂੰ ਦੇਖਣਾ ਤਾਂ ਵੈਸੇ ਹੀ ਚੰਗਾ ਨਹੀਂ ਹੁੰਦਾ, ਝੂਠ ਦਾ ਸਾਰਾ ਕੁਛ ਹੋ ਰਿਹਾ ਉੱਥੇ, ਸਿੱਖੀ ਤੋਂ ਵੀ ਉਲਟ ਕਰਮ ਹੋ ਰਿਹਾ, ਬੀਬੀਆਂ ਨੂੰ ਕੇਸਾਂ ਤੋਂ ਪਕੜ ਕੇ ਖੜਾਇਆ ਜਾਂਦਾ ਹੈ, ਭੂਤਨੀਆਂ ਆ ਕੇ ਕੱਢੀਆਂ ਜਾਂਦੀਆਂ ਇਹਨਾਂ ਦੀਆਂ। ਸਾਧ ਸੰਗਤ ਜੀਓ, ਇਹ ਜਿਹੜਾ ਬਾਬਾ ਵਡਭਾਗ ਸਿੰਘ ਹੈ, ਇਹ ਤਕਰੀਬਨ 1715 ਦੇ ਕਰੀਬ ਇਹ ਜਨਮਿਆ। ਦਸ਼ਮੇਸ਼ ਜੀ ਦਾ ਅਕਾਲ ਚਲਾਉਣਾ, ਯਾਨੀ ਜੋਤੀ ਜੋਤ ਸਮਾਏ, ਉਹ 1708 ਵਿੱਚ, ਉਹਨਾਂ ਤੋਂ ਬਾਅਦ ਵਿੱਚ ਇਹ ਪੈਦਾ ਹੋਇਆ। ਇਹ ਅੰਸ਼ ਵੰਸ਼ ਸੀ ਧੀਰਮਲ ਦੀ। ਅੱਛਾ ਜੀ। ਧੀਰਮਲ ਗੁਰੂ ਪੁੱਤਰ ਸੀਗਾ, ਗੁਰੂ ਹਰਿਰਾਏ ਜੀ ਦੇ ਵੱਡੇ ਲੜਕੇ ਸੀਗੇ, ਪਰ ਗੁਰੂ ਅੰਸ਼ ਹੋਣਾ ਇਹ ਤਾਂ ਕੋਈ ਵਡਿਆਈ ਦੀ ਗੱਲ ਨਹੀਂ ਹੈ, ਕਿਉਂਕਿ ਪਿਰਥੀ ਚੰਦ ਵੀ ਤਾਂ ਗੁਰੂ ਪੁੱਤਰ ਵੀ ਸੀ, ਗੁਰੂ ਭਰਾ ਵੀ ਸੀਗਾ। ਔਰ ਇਹਨੇ ਤਾਂ ਜਿਹੜਾ ਇਹ ਧੀਰਮਲ ਹੈ, ਗੁਰੂ ਤੇਗ ਬਹਾਦਰ ਜੀ ਅਤੇ ਨੌਵੇਂ ਪਾਤਸ਼ਾਹ ਦੇ ਉੱਤੇ ਗੋਲੀ ਵੀ ਚਲਵਾਤੀ ਸੀ, ਸਿੰਹੇ ਮਸੰਦ ਨੂੰ ਕਹਿ ਕੇ ਗੁਰਗੱਦੀ ਹਥਿਆਉਣ ਖਾਤਰ, ਤਾਂ ਉਹਦੀ ਸੰਤਾਨ ਵਿੱਚ ਅੱਗੇ ਤੋਂ ਅੱਗੇ ਪੈਦਾ ਹੋਇਆ। ਇਹ ਪ੍ਰਚਾਰਿਆ ਇਹ ਜਾ ਰਿਹਾ ਵੀ ਇਹ ਗੁਰੂਆਂ ਵੱਲੋਂ ਹੀ ਹੈ ਜੋ ਕੁਛ ਵਡਭਾਗ ਸਿੰਘ ਦਾ ਡੇਰਾ ਹੈ। ਨਹੀਂ ਨਹੀਂ ਸਾਧ ਸੰਗਤ ਜੀ, ਗੁਰੂ ਸਾਹਿਬ ਦੇ ਮਤ ਨਾਲ ਤਾਂ ਇਹਦਾ ਬਿਲਕੁਲ ਹੀ ਮੇਲ ਨਹੀਂ ਹੈ, ਇਹ ਬਿਲਕੁਲ ਸੰਸਾਰੀ ਗੱਲਾਂ ਕਰਦੇ ਹੈ। ਆਪਣਾ ਇਹਦੇ ਵਿੱਚ ਹੋਮੇ ਦੇ ਵਿੱਚ ਇਹ ਸਾਰਾ ਕੁਛ ਹੋ ਰਿਹਾ, ਅੰਧ ਵਿਸ਼ਵਾਸ 'ਚ ਹੋ ਰਿਹਾ, ਔਰ ਲੋਕ ਸਾਡੇ ਫਸੇ ਵੇ ਇਹਦੇ 'ਚ। ਬਹੁਤ ਚੰਗੇ ਚੰਗੇ ਪੜ੍ਹੇ ਲਿਖੇ ਵੀ ਜਾਂਦੇ ਉੱਥੇ, ਅਸਲ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੇ ਮਾਨਸਿਕ ਵਿਗਾੜ ਵਾਲੇ ਲੋਕ ਹੈ ਜ਼ਿਆਦਾ ਉਹ ਜਾਂਦੇ ਉੱਥੇ, ਜੇ ਡਾਕਟਰੀ ਪੁਆਇੰਟ ਆਫ ਵਿਊ ਤੋਂ ਦੇਖੀਏ। ਕਾਰਨ ਕੀ ਹੈ ਜੀ, ਉਹ ਕਿਉਂ ਜਾਂਦੇ? ਉਹ ਦੇਖੋ, ਹੁਣ ਕਿਸੇ ਨੂੰ ਘਰ ਕੋਈ ਚੀਜ਼ ਨਹੀਂ ਮਿਲਦੀ, ਔਰਤ ਨੂੰ ਫਰਜ਼ ਕਰੋ ਕਿਸੇ ਬੀਬੀ ਨੂੰ ਸੂਟ ਨਹੀਂ ਮਿਲਦਾ ਜੀ, ਕਿਸੇ ਦੇ ਘਰ ਵਾਲੇ ਤੋਂ ਉਹ ਸੈਟਿਸਫਾਈ ਨਹੀਂ ਹੈ, ਜਾਂ ਕੋਈ ਹੋਰ ਉਹਦੀ ਡਿਮਾਂਡ ਹੈ, ਪੇ ਕੇ ਨਹੀਂ ਜਾਣ ਦਿੰਦਾ ਉਹਦੇ ਘਰ ਵਾਲਾ, ਇਹ ਸਾਈਕੋਲੋਜੀਕਲ ਗੱਲਾਂ ਹੁੰਦੀਆਂ। ਜੇ ਇੱਦਾਂ ਪੂਰੀਆਂ ਨਾ ਹੋਣ ਤਾਂ ਫਿਰ ਔਰਤ ਬੀਬੀਆਂ ਖਾਸ ਕਰਕੇ, ਵੈਸੇ ਬੰਦੇ ਵੀ ਕਰਦੇ ਆ, ਫਿਰ ਇਹ ਆਹ ਰਸਤਾ ਅਖਤਿਆਰ ਕਰਦੇ ਆ, ਇਹਦੇ ਵਿੱਚ ਫਿਰ ਹਰ ਘਰ ਦਾ ਡਰਦਾ ਉਹਨੂੰ ਫਿਰ ਉਸ ਤਰ੍ਹਾਂ ਉਹ ਚੱਲਦੇ ਜੀ। ਇਹ ਜਿਹੜੇ ਲੋਕ ਜਾਂਦੇ ਉੱਥੇ,
ਬਾਬੇ ਭੜਭਾਗ ਸਿੰਘ ਦੇ ਕਹਿੰਦੇ ਜੀ ਭੂਤ ਚੁੰਬੜੇ ਹੋਏ ਆ ਉਹ ਭੂਤਾਂ ਨੂੰ ਕੱਢ ਦਿੰਦਾ ਹੈ। ਇਹਦੀ ਹਿਸਟਰੀ ਇਹ ਹੈ ਵੀ ਇਹਨੇ ਕਰਤਾਰਪੁਰ ਸਾਹਿਬ ਦੇ ਵਿੱਚ ਗੁਰਦੁਆਰਾ ਥੰਮ ਸਾਹਿਬ ਦੇ ਵਿੱਚ ਬੈਠ ਕੇ ਇਹ ਭੂਤ ਕੱਢਦਾ ਹੁੰਦਾ ਸੀਗਾ ਜੀ। ਇਹਦੇ ਉੱਤੇ ਹਮਲਾ ਕਰ ਦਿੱਤਾ ਜਲੰਧਰ ਵਾਲੇ ਹਾਕਮ ਨੇ ਮੁਸਲਿਮ ਨੇ। ਅੱਛਾ ਜੀ। ਜਦੋਂ ਹਮਲਾ ਕਰ ਦਿੱਤਾ ਇਹਨੂੰ ਭਜਾ ਤਾ ਇਹਨੇ ਫਿਰ ਸ਼ਰਨ ਲਈ ਦਲ ਖਾਲਸਾ ਦੀ। ਦਲ ਖਾਲਸਾ ਨੇ ਆ ਕੇ ਉਹ ਮੁਸਲਮਾਨ ਰਾਜੇ ਨੂੰ ਉੱਥੋਂ ਭਜਾਇਆ, ਥੰਮ ਸਾਹਿਬ ਨੂੰ ਦੁਬਾਰਾ ਸਹੀ ਕਰਵਾਇਆ ਅਤੇ ਇਹਨੂੰ ਇਹ ਗੱਲ ਕਹੀ ਵੀ ਹੁਣ ਤੇਰੀ ਮਦਦ ਤਾਂ ਕਰੀ ਅਸੀਂ ਵੀ ਤੂੰ ਅੱਗੇ ਵਾਸਤੇ ਇਹ ਕਿੱਤਾ ਨਹੀਂ ਕਰੇਗਾ ਭੂਤ ਪ੍ਰੇਤ ਕੱਢਣ ਦਾ। ਉਹਨੇ ਮੰਨ ਲਿਆ। ਜਦੋਂ ਦਲ ਖਾਲਸਾ ਉੱਥੋਂ ਪਾਸੇ ਹਟਿਆ ਇਹਨੇ ਫਿਰ ਉਹੀ ਕੰਮ ਸ਼ੁਰੂ ਕਰ ਦਿੱਤਾ। ਅੱਛਾ ਜੀ। ਅਤੇ ਜਦੋਂ ਉਹਨਾਂ ਕੋਲ ਰਿਪੋਰਟ ਗਈ ਉਹ ਫਿਰ ਆ ਗਏ ਸ਼ਸਤਰਧਾਰੀ ਤਾਂ ਹੀ ਉਹ ਖਾਲਸਾ। ਉਹਨਾਂ ਨੇ ਆ ਕੇ ਇਹਨੂੰ ਕਿਹਾ ਬਈ ਫਿਰ ਨਹੀਂ ਤੇਰਾ ਕੀਰਤਨ 16 ਪੜ੍ਹਦੇ ਹਾਂ ਅਸੀਂ ਜਾਂ ਛੱਡ ਜਾ ਇੱਥੋਂ ਜਗ੍ਹਾ ਨੂੰ। ਇਹ ਫਿਰ ਪਹਾੜੀ ਜਾ ਚੜਿਆ ਉੱਥੇ ਹੁਣ ਇਹ ਕਰਦਾ ਹੈ, ਇਹਦੇ ਜਿਹੜੇ ਗਾਂਹ ਤੋਂ ਗਾਂਹ ਚੇਲੇਦਾਰ ਆ ਉਹ ਕਰਦੇ ਜੀ। ਤੋ ਇਹਦਾ ਸਿੱਖ ਮਤ ਨਾਲ ਐਬਸੋਲਿਊਟਲੀ ਕੋਈ ਤਲਕ ਨਹੀਂ ਹੈ। ਦੇਖੋ ਹੁਣ ਗੁਰੂ ਵੰਸ਼ ਵੀ ਤਾਂ ਰਾਮ ਰਾਏ ਵੀ ਹੋਇਆ ਜੀ, ਗੁਰੂ ਪੁੱਤਰ ਸੀਗਾ, ਉਹਨੂੰ ਇਹ ਕਹਿ ਦਿੱਤਾ ਵੀ ਸਾਨੂੰ ਦਰਸ਼ਨ ਨਾ ਦਈ ਇੱਕ ਗੁਰਬਾਣੀ ਦੀ ਤੁੱਕ ਬਦਲਣ ਪਿੱਛੇ, ਅਤੇ ਮਿੱਟੀ ਮੁਸਲਮਾਨ ਕੀ ਪੇੜਿਆ ਪਈ ਘੁੰਮਿਆਰ, ਬੇਈਮਾਨ ਕੀ ਕਹਿਤਾ, ਉਹਨੇ ਬੇਈਮਾਨ ਕਹਿ ਦਿੱਤਾ, ਖੁਸ਼ਾਮਦ ਕਰੀ ਉਹਨੇ। ਜਿਹੜਾ ਬੰਦਾ ਖੁਸ਼ਾਮਦ ਕਰ ਸਕਦਾ ਫਿਰ ਉਹਦੇ ਅੰਦਰ ਸੱਚ ਤਾਂ ਹੁੰਦਾ ਹੀ ਨਹੀਂ ਯਾਰ। ਗੁਰਬਾਣੀ ਨਾਲ ਖਿਲਵਾੜ ਕਰੀ, ਗੁਰਬਾਣੀ ਦੀ ਤੁੱਕ ਤਾਂ ਦੂਰ ਦੀ ਗੱਲ ਹੈ, ਗੁਰਬਾਣੀ ਦੀ ਇੱਕ ਔਂਕੜ ਦਲੈਂਕੜ ਸਿਆਰੀ ਵੀ ਨਹੀਂ ਬਦਲੀ ਜਾ ਸਕਦੀ ਹੈ, ਗੁਰੂ ਸਾਹਿਬ ਦੀ ਪਾਈ ਹੋਈ ਹੈ। ਤਾਂ ਇਹ ਫਿਰ ਜਿਹੜਾ ਗੁਰੂ ਪੁੱਤਰ ਹੋਣਾ ਹੈ ਜਾਂ ਗੁਰੂ ਅੰਸ਼ ਵੰਸ਼ ਹੋਣਾ, ਇਹਦੀ ਕੋਈ ਇਸ ਤਰ੍ਹਾਂ ਦਾ ਮਹੱਤਵ ਥੋੜ੍ਹੀ ਹੈ ਵੀ ਉਹ ਠੀਕ ਹੀ ਹੈ। ਜਦ ਗੁਰੂ ਸਾਹਿਬ ਦੇ ਹੁੰਦੇ ਹੀ ਉਹ ਪੁੱਠੇ ਕੰਮ ਕਰਦੇ ਰਹੇ, ਉਹਨਾਂ ਨੂੰ ਗੁਰੂ ਸਾਹਿਬ ਨੇ ਗੁਰਿਆਈ ਹੋਰੀ ਦਿੱਤੀ ਔਰ ਸੰਸਕੇਰ ਦਿੱਤੇ। ਆ ਜਿਹੜੇ ਇਹ ਮੀਣੇ ਹੈ, ਜਿਹੜੇ ਪਿਰਥੀ ਚੰਦ ਦੀ ਖਾਨਦਾਨ ਹੈ ਉਹਨਾਂ ਨੂੰ ਮੀਣੇ ਕਹਿੰਦੇ ਹੈ, ਜਿਹੜੇ ਉਹਨਾਂ ਦੇ ਫੋਲੋਵਰਸ ਹੈ ਇਹਨੂੰ ਧੀਰ ਮੱਲੀਏ ਕਹਿੰਦੇ ਹੈ, ਅਤੇ ਉਹ ਰਾਮ ਰਾਈਏ ਜਿਹੜਾ ਜਿਹਨੇ ਤੁੱਕ ਬਦਲੀ ਸੀ, ਉਹ ਇਹ ਸਿੱਖੀ ਤੋਂ ਖਾਰਜ ਕਰੇ ਹੋਏ ਹੈ, ਆਊਟਕਾਸਟ ਹੈ ਸਿੱਖੀ ਤੋਂ। ਪਰ ਇਹ ਨਾਲ ਲਿਖਿਆ ਹੋਇਆ ਹੈ ਰਹਿਤ ਮਰਿਆਦਾ ਵਿੱਚ ਵੀ ਅਗਰ ਇਹ ਅੰਮ੍ਰਿਤ ਛੱਕ ਕੇ ਦੁਬਾਰੇ ਆਪਣੀ ਗਲਤੀ ਮੰਨ ਕੇ ਆ ਜਾਣ ਮੇਨ ਸਟਰੀਮ 'ਚ ਤਾਂ ਫਿਰ ਇਹ ਸਾਡੇ ਗੁਰ ਭਾਈ ਹੈ ਜੀ। ਸੋ ਗੱਲ ਹੁਣ ਇਹ ਹੈ ਵੀ ਇਹ ਜਿੰਨਾ ਚਿਰ ਇਹ ਅੰਮ੍ਰਿਤ ਨਹੀਂ ਛੱਕਦੇ, ਜਿਹਨੇ ਛੱਕ ਲਿਆ ਮੁਬਾਰਕ ਹੈ, ਉਹ ਸਾਡਾ ਗੁਰਸਿੱਖ ਭਾਈ ਹੈ। ਜਿਹੜੇ ਅਜੇ ਉਸੇ ਤਰ੍ਹਾਂ ਫਿਰਦੇ ਹੈ ਉੱਧਰ ਦੂਜੇ ਪਾਸੇ ਨੂੰ ਮਾਨਤਾ ਦੇ ਰਹੇ ਹੈ, ਉਹ ਸਿੱਖੀ ਤੋਂ ਨਾਲ ਉਹਨਾਂ ਦਾ ਕੋਈ ਤਲਕ ਨਹੀਂ ਹੈ। ਐਵੇਂ ਸਿੱਖਾਂ ਨੂੰ ਭਰਮ ਵਿੱਚ ਪਾਇਆ ਜਾ ਰਿਹਾ ਵੀ ਇਹ ਗੁਰੂ ਅੰਸ਼ ਵੰਸ਼ ਹੈ, ਉਹਨਾਂ ਨਹੀਂ ਚਲਾਈ ਹੈ, ਉਹਦੇ ਨਾਲ ਫਿਰ ਇਹਨਾਂ ਦੀ ਚੇਲੇਦਾਰੀ ਔਰ ਡੇਰੇਦਾਰੀ ਵੱਧਦੀ ਹੈ ਤਾਂ ਕਰਦੇ ਹਾਂ ਅਸਲ 'ਚ ਇਹ ਗੱਲਾਂ। ਤੋ ਸਿੱਖ ਇਤਿਹਾਸ ਜਿਹੜਾ ਇਤਿਹਾਸ ਹੈ ਉਹ ਤਾਂ ਆਪ ਜੀ ਨਾਲ ਸਾਂਝਾ ਕਰ ਦਿੱਤਾ। ਹੁਣ ਗੱਲ ਕਰੀਏ ਅੰਧ ਵਿਸ਼ਵਾਸ ਦੀ ਵੀ ਲੋਕ ਜਾਂਦੇ ਕਾਹਤੇ ਹੈ, ਜਾਣ ਦਾ ਕਾਰਨ ਮੇਨ ਇਹੀ ਹੈ ਵੀ ਜਿਹੜੇ ਸਾਡੇ ਨੌਜਵਾਨ ਬੱਚੇ ਬੱਚੀਆਂ, ਇੱਕ ਤਾਂ ਉਹ, ਇੱਕ ਜਿਹੜੇ ਕੋਈ ਬੀਬੀਆਂ ਜਾਂ ਕਿਸੇ ਬੰਦੇ ਦੀ ਸੈਟਿਸਫੈਕਸ਼ਨ ਨਹੀਂ ਹੁੰਦੀ ਇਨ ਐਨੀ ਵੇ, ਉਹ ਇਸ ਤਰ੍ਹਾਂ ਕਰਦੇ ਹੈ ਉਹਦੇ ਨਾਲ ਉਹ ਸੌਖਾ, ਫਿਰ ਉਹ ਕਹਿੰਦੇ ਜੀ ਜੇ ਭੂਤ ਆ ਗਏ ਆਈ ਜੇ ਹਵਾ ਆ ਗਈ, ਫਿਰ ਉਹਨਾਂ ਨੂੰ ਉੱਥੇ ਲੈ ਜਾਂਦੇ ਉਹ ਝਰਨੇ 'ਤੇ ਉੱਥੇ ਉਹ ਸੁਣਿਆ ਮੈਂ, ਦੇਖਿਆ ਤਾਂ ਕਦੇ ਹੈ ਨਹੀਂ ਵੀ ਕੇਸਾਂ ਤੋਂ ਪਕੜ ਕੇ ਖਿਲਾਉਂਦੇ ਹੈ, ਹੱਸਦੇ ਹੈ ਉੱਚੀ ਉੱਚੀ ਵੀ ਜੇਕਰ ਭੂਤ ਹੁੰਦੇ, ਐਸਾ ਕੁਛ ਵੀ ਨਹੀਂ ਹੁੰਦਾ, ਸਾਰਾ ਹੀ ਮਨ ਦਾ ਵਿਗਾੜ ਹੈ ਡਾਕਟਰੀ ਪੁਆਇੰਟ ਆਫ ਵਿਊ ਤੋਂ ਤਾਂ। ਅਤੇ ਜਿਹੜਾ ਸਾਈਕੋਲੋਜੀਕਲ ਕੋਈ ਕਾਰਨ ਹੁੰਦਾ ਮਨ ਦਾ, ਉਹ ਦਵਾਈਆਂ ਨਾਲ ਠੀਕ ਨਹੀਂ ਹੁੰਦਾ, ਇਹ ਤਾਂ ਅਸੀਂ ਡਾਕਟਰ ਹੋਣ ਦੇ ਨਾਤੇ ਜਾਣਦੇ ਹਾਂ। ਉਹਨਾਂ ਨੂੰ ਦਵਾਈ ਉਸੇ ਪੱਧਰ 'ਤੇ ਦੇਣੀ ਪੈਂਦੀ ਹੈ। ਜੇ ਫਰਜ਼ ਕਰੋ ਕਿਸੇ ਬੰਦੇ ਦੇ ਅੰਦਰ ਮਾਨਸਿਕ ਕੋਈ ਵਿਗਾੜ ਹੈ ਤਾਂ ਉਹਨੂੰ ਜਾਂ ਤਾਂ ਗੁਰਬਾਣੀ ਦੀ ਗੱਲ ਸਮਝਾਓ ਤਾਂ ਉਹ ਹਟੇਗਾ, ਕੋਈ ਨਾਮ ਦੀ ਗੱਲ ਉਹਦੇ ਨਾਲ ਸਾਂਝੀ ਕਰੋ ਤਾਂ ਹਟੇਗਾ, ਉਹ ਦਵਾਈਆਂ ਨਾਲ ਨਹੀਂ ਹਟਦੇ। ਇਹ ਉੱਥੇ ਜਾਣ ਦਾ ਇੱਕ ਕਾਰਨ ਇਹ ਹੈ ਵੀ ਇਹਨਾਂ ਦੀ ਨਾ ਤਾਂ ਸਪਿਰਚੁਅਲੀ ਕੋਈ ਮਦਦ ਕਰਦਾ ਹੈ, ਕਿਉਂਕਿ ਜਿੰਨੀ ਡੇਰੇਦਾਰੀ ਹੈ ਇਹ ਤਾਂ ਖੁਦ ਵੀ ਆਪ ਵੀ ਅੰਧ ਵਿਸ਼ਵਾਸੀ ਹੈ, ਇਹਨਾਂ ਦਾ ਹੱਲ ਨਹੀਂ ਮਿਲਦਾ ਕਿਤੇ। ਫਿਰ ਇਹ ਇਹੋ ਜਿਹੀ ਜਗ੍ਹਾ ਟੋਲਦੇ ਹੈ ਜਿੱਥੇ ਇਹਨਾਂ ਦੀ ਸੈਟਿਸਫੈਕਸ਼ਨ ਹੁੰਦੀ ਹੋਵੇ, ਉਹ ਸੈਟਿਸਫੈਕਸ਼ਨ ਖਾਤਰ ਜਾਂਦੇ ਉੱਥੇ
ਉਂਝ ਵੀ ਦੋ ਚਾਰ ਗੇੜੇ ਮਾਰਨਗੇ, ਚੌਂਕੀਆਂ ਭਰੂੰਗੇ, ਦੂਰ ਹੈ, ਹਜ਼ਾਰ ਦੋ ਹਜ਼ਾਰ ਰੁਪਈਆ ਵੀ ਲੱਗ ਲੈਂਦਾ ਅਤੇ ਸੈਟਿਸਫਾਈ ਵੀ ਹੋ ਜਾਂਦੇ, ਹੁੰਦਾ ਕੁਛ ਵੀ ਨਹੀਂ ਹੈ। ਆਪ ਜੀ ਨਾਲ ਇੱਕ ਐਸੀ ਗੱਲ ਸਾਂਝੀ ਕਰਾਂ ਜੀ, ਹਾਸੀ ਵੀ ਆਏਗੀ। ਸਾਡੇ ਤੋਂ ਥੋੜ੍ਹੀ ਜਿਹੀ ਦੂਰ ਇੱਕ ਪਿੰਡ ਹੈ, ਨੌ ਚਲੋ ਮੈਂ ਨਹੀਂ ਲੈਂਦਾ, 5 ਕਿਲੋਮੀਟਰ 'ਤੇ ਹੈ ਉਹ। ਅੱਜ ਇਹ ਗੱਲ ਅੱਜ ਤੋਂ ਵੀ ਪੁਰਾਣੀ ਹੈ ਕਾਫੀ ਜ਼ਿਆਦਾ। ਉਹ ਬੀਬੀ ਨੂੰ ਨਾ ਸੜਕਾ ਹੋ ਗਿਆ, ਨੀਵੀਆਂ ਕਹਿੰਦੇ ਹਾਂ ਜਿਹਨੂੰ, ਚਿੱਟਾ ਚਿੱਟਾ ਧੌਲਾ ਜਿਹਾ ਚਿਹਰਾ, ਹੱਥ ਵੀ ਚਿੱਟੇ, ਦਮ ਚੜ੍ਹਨ ਲੱਗ ਜਾਂਦਾ ਦੋ ਡਿੰਗਾਂ ਤੁਰੇ ਤੋਂ। ਉਹਨਾਂ ਦੇ ਖੇਤ ਸੀਗੇ 1 ਕਿਲੋਮੀਟਰ ਤੋਂ ਵੀ ਵੱਧ ਬੰਨੇ ਦੇ ਉੱਤੇ। ਉਹ ਬੀਬੀ ਨੂੰ ਸਿਰ ਦੇ ਉੱਤੇ ਉਹ ਪੁਰਾਣੇ ਟਾਈਮਾਂ 'ਚ ਇੱਕ ਗਾਗਰ ਰੱਖ ਕੇ ਜਾਂ ਕੋਈ ਝੋਲਾ ਜਿਹਾ ਜਾਣਾ ਪੈਂਦਾ ਸੀ, ਲੱਸੀ ਲੈ ਕੇ, ਰੋਟੀ ਲੈ ਕੇ, ਦਮ ਚੜ੍ਹਨ ਲੱਗ ਗਿਆ, ਬੈਠ ਕੇ ਜਾਂਦੀ ਰਹੀ। ਫਿਰ ਅਖੀਰ ਨੂੰ ਜਦ ਨਾ ਜਾ ਹੋਇਆ, ਘਰਦਿਆਂ ਨੂੰ ਕਿਹਾ, ਘਰ ਦੇ ਕੰਮ ਦੇ ਖਾਧੇ ਵੀ ਸੀ, ਦਵਾਈ ਨਹੀਂ ਸੀ ਦਵਾਉਂਦੇ, ਦਵਾਈ ਨੂੰ ਪੁੱਛੀ ਕੋਈ ਨਹੀਂ। ਫਿਰ ਉਹਨਾਂ ਇੱਕ ਢੰਗ ਨਿਕਾਲ ਲਿਆ ਵੀ ਸਿਰ ਹਿਲਾਉਣ ਲੱਗ ਗਏ ਇਸ ਤਰ੍ਹਾਂ, ਵੀ ਮੈਨੂੰ ਤਾਂ ਕਸਰ ਹੁੰਦੀ ਹੈ। ਸਾਰਾ ਹੀ ਪਰਿਵਾਰ ਨੱਠਿਆ ਫਿਰਿਆ, ਫਿਰ ਉਹ ਨੱਠਿਆ ਫਿਰਿਆ ਕਿ ਕਾਈਨ ਔਰ ਤੋਂ ਸਿਆਣਾ ਮੰਗਾ ਲਿਆ, ਜਦ ਨਾ ਠੀਕ ਹੋਇਆ ਠੀਕ ਕਿ ਆਉਣਾ ਸੀ, ਗੱਲ ਤਾਂ ਕੁਛ ਹੋਰ ਸੀਗੀ। ਫਿਰ ਉੱਚੇ ਪਿੰਡ ਤੋਂ ਇੱਕ ਪੰਡਿਤ ਬੁਲਾ ਲਿਆ, ਫਿਰ ਇੱਕ ਅੰਬਾਲੇ ਤੋਂ ਇੱਕ ਬੁਲਾ ਲਿਆ ਸਿਆਣਾ, ਜਿਹੜੇ ਇਹੋ ਜਿਹੀ ਸਿਆਣਪ ਕਰਦੇ, ਠੀਕ ਤਾਂ ਉਹਨੇ ਹੋਣਾ ਹੀ ਨਹੀਂ ਸੀਗਾ। ਫਿਰ ਕਿਸੇ ਨੇ ਕਿਹਾ ਵੀ ਮਾਜਰੀ ਜੱਟਾਂ ਜਾਓ ਰੋਪੜ ਦੇ ਕੋਲ, ਵੀ ਉੱਥੇ ਇੱਕ ਜੱਟ ਕੋਈ ਸਿਆਣਾ ਹੈ, ਵੀ ਉਹਨੂੰ ਲਿਆਓ, ਬਹੁਤ ਕਾਰੀਗਰ ਹੈ। ਉਹਨੇ ਹੀ ਮੈਨੂੰ ਇਹ ਗੱਲ ਦੱਸੀ ਸੀ, ਮੇਰੀ ਭੂਆ ਹੈ ਉੱਥੇ ਵਿਆਹੀ ਹੋਈ ਮਾਜਰੀ ਜੱਟਾਂ, ਜਦ ਉਹ ਬੰਦਾ ਜਿਉਂਦਾ ਸੀ ਤਾਂ 50-60 ਸਾਲ ਦੀਆਂ ਗੱਲਾਂ, ਤਕਰੀਬਨ 45-50 ਦੀਆਂ। ਉਹ ਕਹਿੰਦਾ ਬਰਖੁਰਦਾਰ ਮੇਰੀ ਭੂਆ ਜੀ ਦੇ ਲਾਗੇ ਉਹਦਾ ਘਰ ਸੀ, ਵਿਹਲਾ ਸੀ, ਮੈਂ ਵੀ ਉੱਥੇ ਗਿਆ ਸੀ, ਉਹਨੇ ਮੈਨੂੰ ਇਹ ਗੱਲ ਸੁਣਾਈ। ਕਹਿੰਦਾ ਜੀ ਤੁਹਾਡੇ ਇਲਾਕੇ ਵਿੱਚ ਤਾਂ ਅਸੀਂ ਕਈਆਂ ਦੇ ਭੂਤ ਕੱਢ ਕੇ ਆਏ ਹੋਏ। ਮੈਂ ਕਿਹਾ ਜੀ ਕੋਈ ਸੁਣਾਓ। ਫਿਰ ਉਹਨੇ ਇਹ ਸੁਣਾਈ, ਕਹਿੰਦਾ ਜੀ ਮੇਰੇ ਕੋਲ ਆਏ, ਮੈਂ ਕਿਹਾ ਵੀ ਚੱਲ ਕੱਢ ਦਿੰਦੇ ਭਾਈ, ਕਸਰ ਹਟਾ ਦਿੰਦੇ। ਜਦ ਕਾਈਨ ਔਰ ਉਤਰੇ, ਉਦੋਂ ਕਾਈਨ ਔਰ ਕੋਈ ਦੁਕਾਨ ਦਕੂਨ ਨਹੀਂ ਸੀ ਹੁੰਦੀ, ਇੱਕ ਸ਼ਰਾਬ ਦਾ ਠੇਕਾ, ਇੱਕ ਸਾਈਕਲਾਂ ਦੀ ਦੁਕਾਨ ਹੁੰਦੀ ਸੀ। ਕਹਿੰਦਾ ਉੱਥੇ ਅਸੀਂ ਉਤਰ ਗਏ ਤੁਹਾਡੇ ਆ ਕੇ ਕਾਈਨ ਔਰ, ਉੱਥੋਂ ਕੱਚਾ ਰਸਤਾ ਜਾਂਦਾ ਚੱਲ 9 ਵੀਲੇ ਦਿਨਾਂ ਪਿੰਡ ਦਾ, ਆਪਣਾ ਗੋਪਾਲਪੁਰ, ਕੱਚੇ ਰਸਤੇ ਨੂੰ ਅਸੀਂ ਚੱਲ ਪਏ। ਜਦ ਕਿਲ੍ਹਾ ਕੇ ਗਏ ਗਾਹਾਂ, ਕਹਿੰਦਾ ਮੈਂ ਠੱਡਾ ਦੇਖਿਆ ਬੜਾ ਸਾਰਾ ਚੌਰਸ। ਕਹਿੰਦਾ ਹੁਣ ਅਸੀਂ ਜੱਟ ਹੈ, ਸਾਨੂੰ ਪਤਾ ਹੈ ਵੀ ਆਹ ਠੱਡਾ ਬੰਨੇ ਦਾ ਹੁੰਦਾ ਜੀ। ਤੋ ਕਹਿੰਦਾ ਮੈਂ ਉਹਨੂੰ ਦੇਖ ਕੇ ਟਪੂਸੀ ਮਾਰੀ ਪਿੱਛੇ ਨੂੰ, ਛਾਲ ਮਾਰਤੀ, ਬਈ ਬੱਲੇ ਬੱਲੇ ਬੱਲੇ, ਬਹੁਤ ਭਾਰੀ ਚੀਜ਼ ਹੈ ਉਹਦੇ ਤਾਂ ਬੰਨੇ ਦੇ ਅੰਦਰ। ਉਹ ਕਹਿੰਦਾ ਬਾਬਾ ਜੀ ਦੱਸੋ ਕਿਆ ਗੱਲ। ਕਹਿੰਦਾ ਐਂ ਕਰ ਜਾ, ਉਹ ਠੇਕੇ 'ਤੇ ਨਾ ਆਉਣ ਲੱਗ 2 ਬੋਤਲਾਂ ਫਗੜ ਲਿਆ। ਅੱਛਾ ਜੀ। ਮੈਂ ਉਹਨੂੰ ਆਪਣੀ ਜਿਹੜੀ ਚੀਜ਼ ਫਗੜਨ ਖਾਤਰ ਨਾ, ਆਪਣੇ ਜਿਹੜਾ ਮੇਰੇ ਕੋਲ ਚੀਜ਼ ਚੱਲਦੀ ਹੈ ਉਹ ਲਾ ਕੇ ਦੇਖਦਾ, ਸ਼ਰਾਬ ਪਰ ਚੱਲਦੀ ਹੈ ਉਹ ਫਗੜ ਲਿਆ ਲਾ ਕੇ ਠੇਕੇ ਤੋਂ। ਡਾਟ ਖੋਲ੍ਹ ਕੇ ਉਹਨੇ ਫੂਕਾਂ ਜਾਂ 2 ਕੁ ਮਾਰੀਆਂ, ਟਪੂਸੀਆਂ ਜਾਂ ਮਾਰ ਕੇ, ਕਹਿੰਦਾ ਲੈ ਵੀ ਹੁਣ ਮੈਂ ਬਸ 'ਚ ਕਰ ਲੂੰਗਾ ਚੀਜ਼ ਨੂੰ, ਆ ਚੱਲੀਏ ਘਰ ਨੂੰ। ਘਰ ਚਲੇ ਗਏ, ਉਹ ਬੀਬੀ ਬੈਠੀ ਸੀ ਬਰਾਂਡੇ 'ਚ, ਬਰਾਂਡਾ ਕਾਫੀ ਲੰਬਾ ਸੀ ਉਹਨਾਂ ਦਾ। ਉਹਨੇ ਨਾ ਉੱਥੇ ਪਾਥੀਆਂ ਲਗਵਾ ਤੀਆਂ, ਧੂੰਆਂ ਧਾਰ, ਅੱਗ ਦੇ ਵਿੱਚ ਚਿਮਟਾ ਖੁਰਚਣਾ ਵਗੈਰਾ ਰੱਖਤੇ, ਨਾਲੇ ਉੱਚੀ ਬੋਲੇ ਵੀ ਬੀਬੀ ਸੁਣ ਲਵੇ। ਕਹਿੰਦਾ ਵੀ ਅੱਜ ਤਾਂ ਮੈਂ ਹਟਾ ਕੇ ਜਾਊਂਗਾ, ਜਿਹੜਾ ਵੀ ਕੋਈ ਕਸਰ ਹੈ ਜਾਂ ਇਹਨੂੰ ਭੂਤ ਹੈ, ਬਈ ਮਾਰ ਮਾਰ ਕੇ ਨਾ ਇਹਦੇ ਚਿਮਟੇ, ਇਹਦੀ ਮੈਂ ਆਹ ਪਿੱਠ ਲਾਲ ਕਰ ਦੇਣੀ ਹੈ, ਭਜਾ ਕੇ ਜਾਊਂਗਾ ਅੱਜ। ਜਾਣੀ ਉਹਨੇ ਪ੍ਰਭਾਵ ਬੀਬੀ 'ਤੇ ਪਾ ਲਿਆ ਆਪਣਾ। ਜਦ ਉਹ ਐਨ ਵਿੱਚ ਗਰਮ ਹੋ ਕੇ ਚੱਲੇ, ਉਹ ਕਹਿੰਦਾ ਵੀ ਚਲੋ, ਬੀਬੀ ਨੂੰ ਲੈ ਕੇ ਅੰਦਰ ਚਲੇ ਗਿਆ ਕਮਰੇ 'ਚ, ਸਭ ਦਰਵਾਜ਼ੇ ਟਾਕੀਆਂ ਉਹਨੇ ਆਪ ਚੈੱਕ ਕਰ ਲਏ ਵੀ ਹਾਂ ਬੰਦ ਹੋ ਗਏ। ਕਹਿੰਦਾ ਭਾਈ ਗੱਲ ਦੱਸ ਦੇ ਕਿਆ। ਕਹਿੰਦੀ ਬਾਬਾ ਜੀ ਮੈਨੂੰ ਕਸਰ ਹੁੰਦੀ। ਕਹਿੰਦਾ ਜਿਹੜੀ ਕਸਰ ਹੁੰਦੀ ਉਹ ਸਾਨੂੰ ਪਤਾ, ਅਸੀਂ ਉਹੀ ਕਰਦੇ ਹਾਂ, ਗੱਲ ਦੱਸ ਦੇ, ਨਹੀਂ ਮੇਰੇ ਕੋਲ ਤਾਂ ਉਹੀ ਇਲਾਜ ਹੈ। ਫਿਰ ਮੈਂ ਮਾਰ ਮਾਰ ਕੇ ਚਿਮਟੇ ਔਰ ਖੁਰਚਣੇ ਭੂਖਨੇ, ਤੇਰਾ ਪਿੰਡਾ ਮੈਂ ਸਾੜ ਦੇਣਾ ਸਾਰੇ ਗਰਮ ਗਰਮ ਹੋਏ ਹੋਏ, ਤੈਂ ਦੇਖ ਹੀ ਲਿਆ ਗਰਮ ਹੁੰਦੇ। ਕਹਿੰਦੀ ਐਂ ਬਾਬਾ ਜੀ, ਫਿਰ ਤੁਸੀਂ ਘਰਦਿਆਂ ਨੂੰ ਦੱਸ ਦੇਣਾ। ਉਹ ਕਹਿੰਦਾ ਮੈਂ ਘਰਦਿਆਂ ਨੂੰ ਕੌਣ ਦੱਸੂੰਗਾ, ਅਸੀਂ ਸਿਆਣੇ ਕਾਹਦੇ ਹਾਂ, ਫਿਰ ਤੇਰਾ ਵੀ ਹੱਲ ਕਰੂੰਗਾ, ਉਹਨਾਂ ਦਾ ਵੀ ਹੱਲ ਕਰੂੰਗਾ, ਮੈਂ ਆਪਣਾ ਵੀ ਹੱਲ ਕੱਢ ਕੇ ਜਾਣਾ ਵਿੱਚੋਂ। ਟਿਚਰੀ ਸੀ ਥੋੜ੍ਹਾ ਜਿਹਾ ਸੁਭਾਅ ਦਾ। ਚੱਲ ਜੀ, ਕਹਿੰਦੀ ਜੀ ਮੈਨੂੰ ਦੇਖੋ ਸੜਕਾ ਹੋਇਆ ਵਾ, ਮੈਨੂੰ ਖੇਤ 'ਚ ਰੋਟੀ ਮੰਗਾਉਂਦੇ, ਦਵਾਈ ਦਵਾਉਂਦੇ ਨਹੀਂ ਕੋਈ, ਫਿਰ ਮੈਂ ਹੁਣ ਕਿਆ ਕਰਾਂ, ਹੁਣ ਫਿਰਦੇ ਨੱਠੇ ਭੱਜੇ, ਹੁਣ ਤੁਹਾਨੂੰ ਵੀ ਬੁਲਾ ਕੇ ਲਏ, ਪਹਿਲਾਂ ਵੀ ਆ ਲਏ ਕਈ, ਵੀ ਮੈਨੂੰ ਤਾਂ ਆਹੀ ਰੋਗ ਹੈ। ਕਹਿੰਦਾ ਹੋਰ
ਸੌਰੀ ਐਂ ਬੋਲਿਆ ਉਹ, ਛੋਟੀ ਸੀ ਉਮਰ ਦੀ, ਓਟ ਸੌਰੀ ਮੈਂ ਹੁਣ ਇਲਾਜ ਕਰ ਦੇਣਾ ਤੇਰਾ। ਦਰਵਾਜ਼ਾ ਖੋਲ੍ਹਤਾ, ਕਹਿੰਦੇ ਆ ਜਾਓ ਬਈ, ਚੀਜ਼ ਫਕੜੀ ਗਈ, ਆ ਜਾਓ। ਬਾਬਾ ਜੀ ਦੱਸੋ ਫਿਰ, ਕਹਿੰਦਾ ਹੁਣ ਨਹੀਂ ਦੱਸਣਾ ਮੈਂ, ਜਾਓ ਹੁਣ ਤੁਸੀਂ ਮੁਰਿੰਡੇ 'ਤੇ ਲਿਆਓ, ਮੁਰਗੇ ਦਾ ਮੀਟ ਲਿਆਓ 2 ਕਿਲੋ। ਅੱਛਾ, 2 ਦਿਨ ਮੈਂ ਉਰੀ ਰਹਿਣਾ ਤੁਹਾਡੇ ਕੋਲ, ਅਤੇ ਬੋਤਲਾਂ ਵੀ ਫੜ ਲਈ ਕੱਲ੍ਹ ਜੋਗੀਆਂ ਵੀ, ਕਿਉਂਕਿ ਮੇਰਾ ਦੇਵਤਾ ਚੱਲਦਾ ਹੀ ਨਾ। ਪਰ 2 ਦਿਨ ਰਿਹਾ ਜੀ ਕਹਿੰਦਾ ਮੈਂ ਉੱਥੇ, ਉਹਨੂੰ ਤਾਂ ਮੈਂ ਲਿਖਤਾ ਵੀ ਇਹਨੂੰ ਕੋਈ ਗੁਲਾਬ ਦਾ ਜਲ ਪਿਲਾ ਦਿਓ, ਦੇਸੀ ਚੀਜ਼ਾਂ। ਕਹਿੰਦਾ ਮੈਨੂੰ ਪਤਾ ਸੀ ਇੱਕ ਦੋ ਵੀ ਗਰਮੀ ਗੁਰਮੀ ਹੁੰਦੀ ਹੈ, ਚਲੋ ਠੀਕ ਹੋ ਜਾਂਦੀ, ਔਲੇ ਦਾ ਮੁਰੱਬਾ ਲਿਖ ਦਿੱਤਾ। ਅਤੇ 2 ਦਿਨ ਮੈਂ ਰਿਹਾ, ਪੀਤੀ ਖਾਧੀ ਚੰਗੀ ਤਰ੍ਹਾਂ। ਤੀਏ ਦਿਨ ਕਹਿੰਦਾ ਵੀ ਲਵੀ ਹੁਣ ਐਂ ਗੱਲ ਹੈ ਬਈ, ਜੇ ਇਹ ਫਿਰ ਨਹੀਂ ਟੱਪੂਗੀ ਜੀ ਪਿੰਡ ਦੀ, ਮੇਰਾ ਕੋਈ ਇਲਾਜ ਨਹੀਂ ਹੈ। ਜੇ ਫਿਰਨੀ ਤਾਂ ਅੰਦਰ ਰਹੂਗੀ, ਮੈਨੂੰ ਫੜ ਲਿਓ ਜੇ ਇਹਨੂੰ ਕੋਈ ਚੀਜ਼ ਚੁੰਬੜ ਜਾਵੇ। ਕਹਿੰਦੇ ਬਾਬਾ ਜੀ ਫਿਰ ਅਸੀਂ ਕਾਹਨੂੰ ਇਹਨੂੰ ਬਾਹਰ ਜਾਣ ਦਊਂਗੇ। ਬਾ ਕਹਿੰਦਾ ਇਹ ਤੁਸੀਂ ਸੋਚ ਲਓ, ਜੇ ਬਾਹਰ ਗਈ ਮੇਰਾ ਕੋਈ ਇਲਾਜ ਨਹੀਂ। ਦੇਖੋ ਸਿਆਣਪ ਹੈ ਨਾ ਗੱਲਾਂ 'ਚ ਹੁੰਦੀ। ਹੁਣ ਉਹਦਾ ਮਤਲਬ ਇਹ ਸੀਗਾ ਬਈ, ਕਹਿੰਦਾ ਇਹਨੂੰ ਚੀਜ਼ ਚੁੰਬੜਦੀ ਹੈ ਫਿਰਨੀ ਪਰ, ਜਿਹੜੇ ਪਥਵਾੜੇ ਪਾਥੀਆਂ ਪਾਸਦੇ ਆ ਉੱਥੋਂ ਚੁੰਬੜਦੀ ਹੈ। ਮਤਲਬ ਉਹਦਾ ਇਹ ਸੀ ਵੀ ਇੱਕ ਤਾਂ ਇਹਨੂੰ ਬਾਹਰ ਨਹੀਂ ਭੇਜਣਗੇ, ਬੰਨੇ ਪਰ ਰੋਟੀ ਲੈ ਕੇ ਨਹੀਂ ਜਾਣਾ ਪਊਗਾ, ਘਰ ਰਹੂਗੀ, ਦਮ ਚੜ੍ਹਨੇ 'ਤੇ ਤਾਂ ਹਟੂ, ਬਾਕੀ ਦਵਾਈ ਹੌਲੀ ਹੌਲੀ ਕੰਮ ਕਰੂਗੀ। ਉਹ ਕਹਿੰਦੇ ਬਾਬਾ ਜੀ ਠੀਕ ਹੈ। ਇੱਕ ਉਹਦਾ ਲੜਕਾ ਪੜ੍ਹਦਾ ਸੀ ਕੋਈ ਉਦੋਂ 8ਵੀਂ 10ਵੀਂ 'ਚ, ਨੌਜਵਾਨ। ਉਹ ਕਹਿੰਦਾ ਬਾਬਾ ਜੀ ਜੇ ਬੀਬੀ ਢਿੱਲੀ ਹੋ ਗਈ ਵੀ, ਲਿਜਾਣਾ ਪੈ ਗਿਆ ਅਚਾਨਕ, ਉਹ ਕਹਿੰਦਾ ਫਿਰ ਤੁਸੀਂ ਲੈ ਜਾਓ ਅਚਾਨਕ, ਉਹ ਮੇਰੇ ਤੋਂ ਉਹਨਾਂ ਤਾਗਾ ਕਰਾ ਲਿਆ 19 ਦਿਨ ਦਾ, ਮੈਂ ਤਾਗਾ ਕਰ ਦੂੰਗਾ ਤੁਹਾਡਾ। ਕਹਿੰਦੇ ਬਾਬਾ ਜੀ ਜੇ ਅਚਾਨਕ ਇੱਕ ਉਹਦੀ ਲੋੜ ਪੈ ਜਾਏ ਕਿਸੇ ਵੀ, ਜਾਣਾ ਹੀ ਪੈ ਜਾਏ। ਕਹਿੰਦਾ ਫਿਰ ਤਾਂ ਕਿਹਾ ਤੁਸੀਂ ਲੈ ਜਾਓ, ਬਾਅਦ 'ਚ ਕਰਾ ਲਿਆ ਮੇਰੇ 'ਤੇ ਤਾਗਾ। ਉਹ ਸਾਰੇ ਰਸਤੇ ਖੋਲ੍ਹਤੇ ਕਹਿੰਦਾ ਮੈਂ ਉਹਨਾਂ ਨੂੰ। ਚੱਲ ਜੀ, ਉਸ ਤੋਂ ਬਾਅਦ ਕਹਿੰਦਾ ਜਦ ਮੈਂ ਵਿਦਾ ਹੋਇਆ ਤੀਏ ਦਿਨ, 51 ਰੁਪਈਏ, ਇਹ ਦੇਖ ਲਓ 50 ਸਾਲ ਪਹਿਲਾਂ 51 ਦੀ ਕਿੰਨੀ ਕੀਮਤ ਹੋਣੀ, 5000 ਤੋਂ ਉੱਪਰੇ ਹੋਊਗੀ। 51 ਰੁਪਈਏ ਇੱਕ ਘਰ ਦੀ ਬੁਣੀ ਹੋਈ ਡੱਬੀਆਂ ਵਾਲੀ ਖੇਸੀ ਖਾਸੀ ਭਾਰੀ ਹੁੰਦੀ ਸੀ, ਅੱਜ ਕੱਲ੍ਹ ਉਹ 1500 ਦੀ ਬਣੇ, ਹੁਣ ਤਾਂ ਹੌਲੀਆਂ ਹੌਲੀਆਂ ਖੇਸੀਆਂ ਬਣਦੀਆਂ। ਉਸ ਤੋਂ ਬਾਅਦ ਉਹਨਾਂ ਨੇ ਸ਼ੱਕਰ, ਚੌਲ, ਮਾਹਾਂ ਦੀ ਦਾਲ ਬਹੁਤ ਕੁਛ ਪਾ ਤਾ। ਕਹਿੰਦਾ ਭਾਈ ਮੇਰੇ 'ਤੇ ਚੱਕਿਆ ਨਹੀਂ ਜਾਣਾ ਵੀ ਮੈਂ ਖੇਸੀ ਲੈ ਜਾਂਦਾ, ਪੈਸੇ ਲੈ ਜਾਂਦਾ, ਵੀ ਇਹ ਚੀਜ਼ਾਂ ਤੂੰ ਸਾਈਕਲ ਪਰ ਮੇਰੇ ਪਿੰਡ ਛੱਡੀਆਂ। ਕਹਿੰਦਾ ਬੀਬੀ ਵੀ ਰਾਜ਼ੀ ਕਰਤੀ, ਘਰ ਦੇ ਵੀ ਰਾਜ਼ੀ ਕਰਤੇ, ਮੈਂ ਵੀ ਉੱਥੇ 'ਤੇ ਐਨ ਰਾਜ਼ੀ ਹੋ ਕੇ ਨਿਕਲਿਆ। ਕਹਿੰਦਾ ਆਹੀ ਸਿਆਣਪ ਹੁੰਦੀ, ਹੋਰ ਸਿਆਣਪ ਕਿਆ ਹੁੰਦੀ ਹੈ। ਤਾਂ ਇਹ ਕੁਛ ਚੱਲਦਾ ਸਾਡੇ ਸਮਾਜ 'ਚ, ਬਹੁਤ ਚੱਲਦਾ, ਦਾਸਰੇ ਦਾ ਬਹੁਤ ਵਾਹ ਪੈਂਦਾ ਇਸ ਤਰ੍ਹਾਂ ਦਾ। ਫਿਰ ਟਾਈਮ ਦੀ ਲਿਮਿਟ 'ਚ ਰਹਿ ਕੇ ਗੱਲ ਕਰਨੀ ਹੈ, ਬਹੁਤ ਗੱਲਾਂ ਜੇ ਤੁਸੀਂ ਕਹੋ ਤਾਂ ਮੇਰੇ 'ਤੇ, ਮੈਂ ਹੋਰ ਕਿੰਨੀ ਪੁੱਛ ਲਓ, ਰੋਜ਼ ਹੀ ਵਾਹ ਪੈਂਦਾ। ਕਿਉਂਕਿ ਜਦ ਸਾਡੇ ਕੋਈ ਪੇਸ਼ੈਂਟ ਆਉਂਦਾ ਹੈ, ਅਕਸਰ ਉਹਨਾਂ 'ਚੋਂ 1/3 ਕੇਸ ਐਸੇ ਹੀ ਨਿਕਲਦੇ ਜਿਨ੍ਹਾਂ ਨੂੰ ਬਿਮਾਰੀ ਕੋਈ ਨਹੀਂ ਹੁੰਦੀ, ਫਿਜ਼ੀਕਲ ਕੁਛ ਨਹੀਂ ਹੁੰਦਾ ਉਹਨਾਂ ਦਾ, ਉਹਨਾਂ ਦਾ ਮਾਨਸਿਕ ਵਿਗਾੜ ਵਿਗੜਿਆ ਹੋਇਆ ਹੁੰਦਾ। ਸੋ ਜੇ ਕਹੋ ਤਾਂ ਮੈਂ ਇੱਕ ਹੋਰ ਨਰੇਟ ਕਰ ਦਿੰਦਾ, ਸਾਂਝੀ ਕਰਨਾ। ਚਲੋ, ਇੱਕ ਵਾਰ ਇੱਕ ਬੀਬੀ ਲੜਕੀ ਸੀ, ਅਨਮੈਰਿਡ, ਉਹ ਕਹਿੰਦੀ ਉਹਨੇ ਪਖੰਡ ਜਿਹਾ ਕਰ ਲਿਆ ਘਰ, ਅੰਮ੍ਰਿਤਸਰ ਗੱਡੀ ਜਾਣੀ ਸੀ ਪਿੰਡ ਤੋਂ ਗੁਰਦੁਆਰੇ ਸਾਹਿਬ ਦੇ ਦਰਸ਼ਨਾਂ ਵਾਸਤੇ, ਘਰਦਿਆਂ ਨੂੰ ਕਹਿੰਦੀ ਵੀ 100 ਰੁਪਇਆ ਦਿਓ ਮੈਨੂੰ। ਅੱਛਾ ਜੀ। ਘਰਦਿਆਂ ਦਾ ਹਾਲਤ ਵਿਗੜ ਚੁੱਕੀ ਸੀ, ਬਾਅਦ 'ਚ ਘਰ ਵੀ ਵਿਗ ਗਿਆ ਵਿਚਾਰਿਆਂ ਦਾ ਉਹਨਾਂ ਦਾ। ਉਹਨਾਂ ਦੀ ਉਹ ਭਾਣਜੀ ਰਹਿੰਦੀ ਹੁੰਦੀ ਸੀ। ਲਓ ਜੀ, ਉਹ ਲੱਗ ਪਈ ਖੇਲਾਂ ਕਰਨ ਰਾਤ ਨੂੰ, ਮੇਰੇ ਕੋਲ ਰਾਤ ਨੂੰ ਆਏ, ਕਹਿੰਦੇ ਡਾਕਟਰ ਸਾਹਿਬ ਵੀ ਬਹੁਤ ਉੱਚੀ ਉੱਚੀ ਚੀਕਾਂ ਮਾਰਦੀ ਹੈ, ਵੀ ਦਰਦ ਹੁੰਦਾ ਹੈ। ਮੈਂ ਕਿਹਾ ਚਲੋ ਦੇਖਦੇ ਹਾਂ। ਅਸੀਂ ਕਾਫੀ ਦੂਰ 'ਤੇ ਜਦ ਦੇਖਿਆ ਸੁਣਿਆ ਵਾਕਈ ਚੀਕਾਂ ਮਾਰੇ, ਜਦ ਕੋਲ ਗਏ ਤਾਂ ਮੈਂ ਉਹਨੂੰ ਦਵਾਈ ਦਿੱਤੀ, ਪਰ ਮੈਂ ਉਹਦੀ ਓਬਜ਼ਰਵੇਸ਼ਨ ਕਰਨ ਲੱਗ ਗਿਆ ਵੀ ਇਹਨੂੰ ਕਿਆ ਚੱਕਰ ਕਿਹਾ ਇਹੋ ਜਿਹਾ। ਉਹ ਹੌਲੀ ਦੇ ਕੇ ਨਾ ਐਂ ਪਾਸਾ ਜਿਹਾ ਲੈ ਕੇ ਮਿੰਜੇ ਤੋਂ ਹੇਠਾਂ ਗਿਰਜਿਆ ਕਰੇ ਵੀ ਸੱਟ ਵੀ ਨਾ ਵੱਜੇ। ਮੈਂ ਦੇਖਦਾ ਰਿਹਾ ਵੀ ਇਹ ਤਾਂ ਜਾਣ ਕੇ ਕਰਦੀ ਹੈ, ਸਿਉਣ 'ਚੋਂ ਵੀ ਐਂ ਜਿਵੇਂ ਆਪਾਂ ਕੱਪੜਾ ਕੱਢਦੇ ਹਾਂ ਐਂ ਵੀ ਕੱਢੇ ਉਹ। ਉੱਥੇ ਇੱਕ ਮਾਸਟਰ ਜੀ ਬੈਠੇ ਸੀਗੇ, ਮੈਂ ਕਿਹਾ ਮਾਸਟਰ ਜੀ ਮੈਂ ਪਾਸੇ ਕਰਕੇ ਕਿਹਾ, ਮੈਂ ਕਿਹਾ ਤੁਸੀਂ ਜਾਂਚਿਆ ਕੋਲ? ਕਹਿੰਦਾ ਹਾਂ, ਇਹ ਤਾਂ ਫਰੇਬ ਕਰਦੀ, ਇਹ ਤਾਂ ਤਤਾਲ ਲਾਉਂਦੀ ਹੈ। ਮੈਂ ਕਿਹਾ ਜੀ ਗੱਲ ਤਾਂ ਆਹੀ ਹੈ। ਫਿਰ ਅਸੀਂ ਉਹਦੇ ਨਾਨੇ ਨੂੰ ਬੁਲਾ ਲਿਆ ਵੀ ਗਿਆਨੀ ਜੀ ਐਂ ਦੱਸੋ ਵੀ ਇਹਦਾ ਇਲਾਜ ਤਾਂ ਜਾਂ ਤਾਂ ਤੁਸੀਂ ਕਰੋ, ਨਹੀਂ ਫਿਰ ਮੈਂ ਕਰਦਾ, ਦਵਾਈ ਵੀ ਤਾਂ ਇਹਦਾ ਕੋਈ ਇਲਾਜ ਹੈ ਨਹੀਂ ਜੀ।
ਕਹਿੰਦਾ ਜੀ ਫਿਰ ਕਰੋ ਤੁਸੀਂ ਉਹ ਕਰੋ। ਮੈਂ ਕਿਹਾ ਫਿਰ ਤੁਸੀਂ ਗੁੱਸਾ ਨਾ ਕਰਿਓ, ਇਲਾਜ ਤਾਂ ਮੈਂ ਕਰ ਦੇਣਾ ਇਹਦਾ। ਕਹਿੰਦਾ ਜੀ ਕਰ ਦਿਓ। ਮੈਂ ਆਇਆ ਖਾਸੇ ਗੁੱਸੇ 'ਚ, ਉਹਦੇ ਮੈਂ 2-3 ਮਾਰੇ ਜ਼ੋਰ ਦੀ ਚਟਾ ਕੇ। ਅੱਛਾ। ਕਹਿੰਦੀ ਹੁਣ ਅਸੀਂ ਚੱਲਦੇ ਹਾਂ। ਪਹਿਲਾਂ ਗੱਲਾਂ ਕਰਦੀ ਸੀ, ਮੈਨੂੰ ਜਾਣ ਨਹੀਂ ਦਿੱਤਾ, ਗੁਰੂਆਂ ਦੇ ਜਾਣ ਨਹੀਂ ਦਿੱਤਾ, ਪੈਸੇ ਨਹੀਂ ਦਿੱਤੇ, ਮੈਂ ਦੇਖੂੰਗੀ ਸਾਰੇ ਘਰ ਨੂੰ ਲੰਬਾ ਪਾਊਂਗੀ, ਮੈਂ ਐਂ ਕਰੂੰਗੀ, ਮੈਂ ਐਂ ਕਰੂੰਗੀ, ਐਕਣਾ ਕਰਦੀ ਸੀ। ਫਿਰ ਕਹਿੰਦੀ ਜੀ ਅਸੀਂ ਹੁਣ ਚੱਲੇ। ਮੈਂ ਕਿਹਾ ਜਾਓ ਹੁਣ, ਮੁੜ ਕੇ ਵੀ ਨਾ ਜਾਓ ਕਿਤੇ। ਇਹੋ ਜਿਹੇ ਲੱਛਣ ਹੁੰਦੇ ਆ, ਇਹ ਸਾਰਾ ਕੋਈ ਮਨ ਦਾ ਵਿਗਾੜ ਹੁੰਦਾ। ਹੋਰ ਕਿੰਨੀਆਂ ਹੀ ਅਜਿਹੀਆਂ ਵਾਰਦਾਤਾਂ ਸਾਡੇ ਨਾਲ ਰੋਜ਼ ਸਾਂਝੀਆਂ ਹੁੰਦੀਆਂ। ਹੁਣ ਤੁਸੀਂ ਵੀ ਕਹੋਗੇ ਬਈ ਬਈ ਕੋਈ ਨਾਮ ਦੀ ਗੱਲ ਵੀ ਕਰ ਲਈਏ ਆਪਾਂ, ਕਿਉਂਕਿ ਇਹ ਤਾਂ ਦੁਨੀਆਦਾਰੀ ਹੈ, ਚੱਲਦੀ ਹੋ ਰਹਿੰਦੀ ਹੈ, ਸੰਸਾਰ ਹੈ, ਸੰਸਾਰ ਵਿੱਚ ਇੱਕਣਾ ਹੋਣਾ ਹੀ ਹੋਣਾ, ਇਹਨੂੰ ਕੋਈ ਪੂਰਾ ਸਹੀ ਨਹੀਂ ਕਰ ਸਕਦਾ। ਸਾਰੇ ਡੇਰੇ ਅੰਧ ਵਿਸ਼ਵਾਸ ਹੀ ਫੈਲਾਉਂਦੇ ਨੇ ਜਾਂ ਕੋਈ ਚੰਗੇ ਵੀ ਹੈਗੇ? ਨਹੀਂ, ਚੰਗੇ ਵੀ ਹੈ, ਉਹਨਾਂ ਨੂੰ ਡੇਰਾ ਨਾ ਕਹੀਏ, ਚੰਗੇ ਮਹਾਂਪੁਰਸ਼ ਕਹੋ, ਗੁਰਦੁਆਰੇ ਸਾਹਿਬ 'ਚ ਰਹਿੰਦੇ ਹਾਂ ਜਾਂ ਆਪਣੇ ਘਰੇ ਰਹਿੰਦੇ ਹਾਂ, ਗੁਰਦੁਆਰਾ ਵੀ ਨਹੀਂ ਉਹਨਾਂ ਨੇ ਬਣਾਇਆ ਕੋਈ, ਕਿਉਂਕਿ ਉਹ ਵੀ ਡੇਰੇ 'ਚ ਬਦਲ ਜਾਂਦਾ ਬਾਅਦ 'ਚ। ਕਿਹੜੇ ਕਿਹੜੇ ਨੇ ਜੀ ਉਹ ਮਹਾਂਪੁਰਸ਼? ਦੇਖੋ ਬਾਬਾ ਅਤਰ ਸਿੰਘ ਜੀ ਮਸਤੂਆਣਾ, ਹਰਖੋ ਵਾਲੀਏ ਬਾਬਾ ਜਵਾਲਾ ਸਿੰਘ ਜੀ, ਇਹਨਾਂ ਦਾ ਨਾਂ ਨਥਲਪੁਰ ਵਾਲੇ ਬਾਬਾ ਜੀ ਜਿਹੜੇ ਸਾਡੇ ਇਲਾਕੇ 'ਚ ਹੋਏ ਔਰ ਅਕਸਰ ਲਿਆ ਕਰਦੇ ਸੀਗੇ। ਇੱਕ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ ਜਿਹੜੇ ਨਿਹੰਗ ਬਾਣੇ 'ਚ ਹੋਇਆ ਕਰਦੇ ਸੀ, ਅਤੇ ਜਿਨ੍ਹਾਂ ਨੇ ਵਿਆਕਰਨ ਦੀ ਵੀ ਖੋਜ ਸ਼ੁਰੂ ਕਰੀ ਸੀ, ਬਹੁਤ ਉੱਚੀ ਅਵਸਥਾ ਸੀ, ਜਿੱਥੋਂ ਅਖੰਡ ਕੀਰਤਨੀ ਜਥਾ ਵੀ ਚੱਲਿਆ ਹੋਇਆ, ਉਹ ਇਹਨਾਂ ਦਾ ਨਾਂ ਅਕਸਰ ਲਿਆ ਕਰਦੇ ਸੀ ਤਿੰਨਾਂ ਦਾ, ਆਪਣਾ ਨਾਂ ਕਦੇ ਨਹੀਂ ਸੀ ਲੈਂਦੇ ਉਹ। ਉਹਨਾਂ ਦੇ ਕੋਲ ਇੱਕ ਵਾਰ ਹਰਖੋ ਵਾਲੀਏ ਬਾਬਾ ਜੀ ਜਵਾਲਾ ਸਿੰਘ ਆਏ ਜੀ, ਉਹ ਦੂਰ ਤੋਂ ਨਾ ਕੱਪੜਿਆਂ ਤੋਂ ਨਹੀਂ ਜਾ ਕੇ ਬਿਲਕੁਲ ਵੀ ਡੰਡੌਤ ਕਰਨ ਲੱਗ ਪਏ, 150 ਕਦਮਾਂ ਤੋਂ ਡੰਡੌਤ ਕਰਦੇ ਆਏ ਬਾਬਾ ਜੀ, ਖੜ੍ਹੇ ਹੋ ਗਏ, ਫਿਰ ਜੱਫੀ 'ਚ ਪਾ ਲੈ ਲਈ ਇਸ ਤਰ੍ਹਾਂ ਉਹਨਾਂ ਨੂੰ ਲਿਆ ਕਲਾਵੇ 'ਚ, ਬੋਲੇ ਕੁਛ ਨਹੀਂ ਜੀ, ਬੈਠੇ ਰਹੇ, ਜਲ ਪਾਣੀ ਉਹ ਪੀਂਦੇ ਪਿਲਾਉਂਦੇ ਸੀਗੇ, ਜਲ ਪਾਣੀ ਆ ਗਿਆ ਪੀ ਲਿਆ, ਗੱਲ ਕੋਈ ਨਹੀਂ ਕਰੀ, 20 ਮਿੰਟ ਬੈਠੇ ਰਹੇ। ਉਸ ਤੋਂ ਬਾਅਦ ਬਾਬਾ ਜਵਾਲਾ ਸਿੰਘ ਨੇ ਪੈਰੀਂ ਹੱਥ ਲਗਾਇਆ, ਚੱਲ ਪਏ। ਇੱਕ ਸੇਵਾਦਾਰ ਕਹਿੰਦਾ ਵੀ ਬਾਬਾ ਜੀ ਤੁਸੀਂ ਇੰਨਾ ਚਿਰ ਬੈਠੇ ਰਹੇ, ਗੱਲ ਕੋਈ ਨਹੀਂ ਕਰੀ ਹੈ। ਕਹਿੰਦੇ ਸਾਹੂ ਬਹੁਤ ਗੱਲਾਂ ਹੋਈਆਂ। ਅੱਛਾ ਜੀ, ਬਹੁਤ ਗੱਲਾਂ ਹੋਈਆਂ। ਕਹਿੰਦੇ ਬਾਬਾ ਜੀ ਸਾਨੂੰ ਤਾਂ ਕੋਈ ਨਹੀਂ ਸੁਣੀ ਹੈ। ਨਹੀਂ, ਕਹਿੰਦੇ ਸਾਹੂ ਬਹੁਤ ਗੱਲਾਂ ਹੋਈਆਂ। ਇਹਦਾ ਭਾਵ ਇਹ ਹੋ ਸਕਦਾ ਵੀ ਜਦ ਦੋ ਮਹਾਂਪੁਰਸ਼ ਇੱਕ ਜੀ ਅਵਸਥਾ ਵਾਲੇ ਹੋਵੇ, ਉਹ ਦੂਜੇ ਨੂੰ ਕਿਆ ਦੱਸਣਾ, ਪਤਾ ਹੀ ਹੁੰਦਾ, ਛੋਟੀ ਵਾਲੀ ਨੂੰ ਬੜਾ ਦੱਸ ਸਕਦਾ। ਤੋ ਜਦ ਹੋਵੇਂ ਹੀ ਇੱਕ ਜੇ, ਜਿਵੇਂ ਬਾਬਾ ਫਰੀਦ ਜੀ ਅਤੇ ਕਬੀਰ ਜੀ ਦਾ ਇੱਕ ਵਾਰ ਮਿਲਾਪ ਹੋ ਗਿਆ ਸੀ ਬਨਾਰਸ ਦੇ ਵਿੱਚ, ਦੋਹਾਂ ਨੇ ਕੋਈ ਗੱਲ ਨਹੀਂ ਸੀ ਕਰੀ, ਲੰਗਰ ਛਕਿਆ ਬਾਬਾ ਕਬੀਰ ਜੀ ਦੁਆਰਾ ਬਣਾਇਆ ਬਾਬੇ ਫਰੀਦ ਜੀ ਨੇ, ਔਰ ਅੱਗੇ ਚੱਲ ਪਏ। ਉੱਥੇ ਵੀ ਇਹੀ ਸਵਾਲ ਪੁੱਛਿਆ ਸੀ ਚੇਲਿਆਂ ਨੇ ਵੀ ਜੀ ਤੁਸੀਂ ਕੋਈ ਗੱਲ ਤਾਂ ਕਰੀ ਨਹੀਂ ਹੈ? ਕਹਿੰਦੇ ਭਾਈ ਬਹੁਤ ਗੱਲਾਂ ਹੋਈਆਂ। ਇੱਕ ਵਾਰ ਐਵੇਂ ਸਾਹਿਬ ਗੁਰਦੁਆਰਾ ਨਥਲਪੁਰ ਦੇ ਨਾਲੇ, ਜਿੱਥੇ ਸਾਹਿਬਜ਼ਾਦਿਆਂ ਨੂੰ ਪਕੜਾਉਣ ਤੋਂ ਪਹਿਲੀ ਦਿਨ ਵਿੱਚ ਬਿਠਾਇਆ ਸੀ ਗੰਗੂ ਨੇ ਜੀ, ਉਦੋਂ ਉਜਾੜ ਸੀ ਉਹ, ਉੱਥੇ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਜਿਨ੍ਹਾਂ ਨੇ ਸਿੱਖੀ ਖਾਤਰ ਬਹੁਤ ਜ਼ਿਆਦਾ ਪ੍ਰਚਾਰ ਕਰਿਆ, ਬਹੁਤ ਸਾਰੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ, ਉਹ ਜਥਾ ਉੱਥੇ ਆਇਆ ਵਾ ਸੀਗਾ ਜੀ। ਉਹਨਾਂ ਨੇ ਸੁਨੇਹਾ ਭੇਜਤਾ ਬਈ ਅਸੀਂ ਜੀ ਦਰਸ਼ਨ ਕਰਨ ਆਉਣਾ। ਉਹ ਕਹਿੰਦੇ ਭਾਈ ਆ ਜਾਓ, ਇੱਥੇ ਕਿਹੜਾ ਕੋਈ ਉਚੇਚ ਹੈ, ਕੋਈ ਆਈ ਜਾਓ ਜਾਈ ਜਾਓ, ਇੱਕੋ ਆਰਾਮ ਹੈ ਇੱਥੇ ਤੋਂ ਜੀ। ਚਲੇ ਗਏ, ਮਨ ਵਿੱਚ ਫੁਰਨਾ ਬਣਾ ਲਿਆ ਬਾਬਾ ਜੀ ਗੁਰਬਚਨ ਸਿੰਘ ਨੇ ਬਈ ਜੇ ਸਾਨੂੰ ਉਹ ਲੱਸੀ ਦੇ ਨਾਲ ਮਿਕਸ, ਯਾਨੀ ਉਹ ਬੇਲੜੇ ਦੀਆਂ ਰੋਟੀਆਂ ਛਕਾਉਣ, ਵੀ ਮੈਂ ਇਹਨਾਂ ਨੂੰ ਤਾਂ ਸੰਤ ਮੰਨਾਂ ਪੂਰਾ। ਅੱਛਾ ਜੀ, ਜੇ ਇਹ ਉਹ ਗੱਲ ਕਰ ਦੇਣ, ਉੱਕਣੇ ਹੋ ਗਿਆ। ਇਹ ਤਾਂ ਹੁਣ ਇਲਹਾਮ ਦੀ ਗੱਲ ਹੈ ਵੀ ਉਹ ਪਹੁੰਚੇ ਹੋਏ ਮਹਾਂਪੁਰਸ਼ ਸੀ, ਉਹਨਾਂ ਦੇ ਅੰਦਰ ਨਾਮ ਵੀ ਚੱਲਦਾ ਸੀਗਾ, ਦਾਸਰਾ ਵੀ ਉਹਨਾਂ ਤੋਂ ਹੀ ਕਾਇਲ ਹੈ ਜ਼ਿਆਦਾ ਜੀ। ਉਹਨਾਂ ਨੇ ਫਿਰ ਸੰਗਤ ਦੱਸਦੀ ਹੁੰਦੀ ਹੈ, ਦਾਸਰਾ ਉੱਥੇ ਤਾਂ ਹੈ ਨਹੀਂ ਸੀਗਾ, ਲੇਕਿਨ ਸੰਗਤ ਨੇ ਦੱਸਿਆ, ਕਹਿੰਦੇ ਵੀ ਬਾਬਾ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਨੇ ਫਿਰ ਇਹ ਕਿਹਾ ਵੀ ਇਹ ਚੱਲਦੇ ਫਿਰਦੇ ਰੱਬ ਹੈ ਭਾਈ, ਆਪਣੇ ਜਥੇ ਨੂੰ ਇਹ ਗੱਲ ਕਹੀ ਸੀਗੀ।
ਔਰ ਬਾਬਾ ਜੀ ਨੇ ਬਾਬਾ ਗੁਰਬਚਨ ਸਿੰਘ ਜੀ ਪਿੰਡਾਂ ਵਾਲਿਆਂ ਨੂੰ ਆਓ ਗਿਆਨੀ ਜੀ ਕਹਿੰਦੇ ਇਸ ਤਰ੍ਹਾਂ ਕਰਕੇ ਦੋ ਤਿੰਨ ਵਾਰ ਉਹਨਾਂ ਨੂੰ ਸਤਿਕਾਰ ਦਿੱਤਾ ਬਹੁਤ ਅੱਛਾ ਕੰਮ ਕਰਦੇ ਤੁਸੀਂ ਆਓ ਗਿਆਨੀ ਜੀ ਇਸ ਤਰੀਕੇ ਨਾਲ ਕਿਉਂਕਿ ਬਾਬਾ ਜੀ ਇਹ ਜਿਵੇਂ ਹੁਣ ਤੁਸੀਂ ਦੱਸਿਆ ਕਿਉਂਕਿ ਇਹ ਜੋ ਮੇਰੇ ਸਵਾਲ ਮਨ ਦੇ ਵਿੱਚ ਆਇਆ ਹੋਰ ਲੋਕਾਂ ਦੇ ਵਿੱਚ ਵੀ ਹੋ ਸਕਦਾ ਵੀ ਉਹਨਾਂ ਨੇ ਸੋਚਿਆ ਵੀ ਲੱਸੀ ਪਿਲਾਏ ਵੇ ਜੇ ਜੋ ਨਾਲ ਤੁਸੀਂ ਦੱਸਿਆ ਨਾ ਵੀ ਤਾਂ ਸੰਤ ਮੰਨਣਾ ਫਿਰ ਉਹ ਤਾਂ ਚੀਜ਼ ਪਿਲਾਈ ਗਈ ਵੀ ਉਹਨਾਂ ਨੇ ਆਪਣੇ ਆਪ ਨੂੰ ਸੰਤ ਮਨਵਾਉਣਾ ਸੀ ਵੀ ਹਾਂ ਮੈਂ ਹੈਗਾ ਨਹੀਂ ਮਨਵਾਉਣ ਦਾ ਨਹੀਂ ਰੌਲਾ ਹੁੰਦਾ ਹਾਂਜੀ ਸੰਤ ਨੂੰ ਮਨਾਉਣ ਤਾਂ ਕੋਈ ਮਤਲਬ ਨਹੀਂ ਹੁੰਦਾ ਕਿ ਪਰਮਾਤਮਾ ਵੱਲੋਂ ਸੰਤਾਂ ਦੇ ਅੰਦਰ ਪਰਮਾਤਮਾ ਵੱਲੋਂ ਹੀ ਫੁਰਨਾ ਆਪੇ ਬਣ ਜਾਂਦਾ ਜੇ ਉਹ ਆਪ ਕਰੇ ਫਿਰ ਤਾਂ ਹੋਮੇ ਦਾ ਰੂਪ ਬਣ ਜੂਗਾ ਹਾਂਜੀ ਇਹ ਤਾਂ ਕੁਦਰਤ ਵੱਲੋਂ ਹੀ ਆਪੇ ਉਸ ਤਰ੍ਹਾਂ ਹੋ ਜਾਂਦਾ ਜੇ ਜਾਣ ਕੇ ਕੋਈ ਕਰੂਗਾ ਫਿਰ ਤਾਂ ਮੈਂ ਆ ਗਈ ਸੰਤ ਕਦੇ ਮੈਂ ਇਹ 'ਚ ਬੋਲਦਾ ਹੀ ਨਹੀਂ ਹੈ ਜਿਵੇਂ ਬਾਬਾ ਨਾਮਦੇਵ ਜੀ ਨੇ ਤਾਂ ਨਹੀਂ ਕਿਹਾ ਵੀ ਮੈਂ ਗਾਏ ਜਿਉਂਦੀ ਕਰ ਦੂੰਗਾ ਇਹ ਕਹਿਤਾ ਵੀ ਜੇ ਰਾਮ ਜੀ ਚਾਹੇ ਤਾਂ ਗਾਏ ਜਿਉਂਦੀ ਹੋ ਸਕਦੀ ਔਰ ਹੋਈ ਬਾਣੀ 'ਚ ਆਉਂਦੀ ਸਾਰੀ ਸਾਕੀ ਸਗੋਂ ਉਹਨਾਂ ਨੇ ਤਾਂ ਇਹ ਕਿਹਾ ਤਾ ਵੀ ਅੱਜ ਥਾਈ ਬਾਦਸ਼ਾਹ ਤੂੰ ਇਹੋ ਜਿਹੀ ਗੱਲਾਂ ਕਰਦਾ ਹੈ ਤਾਂ ਇਹੋ ਜਿਹਾ ਹੁਕਮ ਚਾੜਤਾ ਵੀ ਕੋਈ ਮਰਿਆ ਵਾ ਜਿਉਂਦਾ ਹੋਇਆ ਅੱਜ ਤੱਕ ਕੋਈ ਮਰਿਆ ਵਾ ਤਾਂ ਜਿਉਂਦਾ ਨਹੀਂ ਹੋਇਆ ਪਰ ਜੇ ਰਾਮ ਜੀ ਚਾਹੇ ਤਾਂ ਜਿਉਂਦਾ ਹੋ ਸਕਦਾ ਔਰ ਗਾਏ ਹੋਈ ਦੁੱਧੋਂ ਦੂਹ ਜਾਂ ਮਟਕੀ ਭਰੀ ਲੇ ਬਾਦਸ਼ਾਹ ਕੇ ਅੱਗੇ ਧਰੀ ਬਾਦਸ਼ਾਹ ਮਹਿਲ ਮੈਂ ਜਾਏ ਔਗਟ ਕੀ ਘੱਟ ਲੱਗ ਗਈ ਆਏ ਸੋਲ ਉੱਠ ਖੜਿਆ ਸੀ ਉਹਨੂੰ ਫਿਰ ਬੁਲਾਇਆ ਟੋਲਿਆ ਜਦ ਇਲਾਜ ਨਾ ਨਾ ਹੋਇਆ ਉਹਦਾ ਸ਼ਾਹੀ ਹਕੀਮਾਂ ਨੇ ਕਹਿਤਾ ਵੀ ਇਹ ਜੇ ਇਲਾਜ ਕੋਈ ਨਹੀਂ ਹੁੰਦਾ ਇਹ ਤਾਂ ਦਵਾਈ ਨਹੀਂ ਕੋਈ ਕੰਮ ਕਰਦੀ ਕਿਸੇ ਵਜ਼ੀਰ ਨੇ ਰਾਣੀਆਂ ਨੂੰ ਦੱਸ ਦਿੱਤੀ ਇਹ ਗੱਲ ਵੀ ਬਾਹਰ ਆ ਕੰਮ ਕਰਿਆ ਇਹਨੇ ਕਿਸੇ ਫਕੀਰ ਨਾਲ ਤੰਗ ਕਰਿਆ ਫਕੀਰ ਨੂੰ ਉੱਥੇ ਫਿਰ ਗਾਏ ਜਿਉਂਦੀ ਹੋਈ ਹੈ ਤਾਂ ਸੋਲ ਉੱਠਿਆ ਹੋ ਸਕਦਾ ਇਹਦੇ ਕੋਈ ਰੱਬੀ ਕਹਿ ਹੋ ਸਕਦਾ ਪਹਿਲਾਂ ਤਾਂ ਕਹਿ ਜੀ ਮੈਂ ਹਿੰਦੂ ਤੂੰ ਮਾਫ਼ੀ ਨਹੀਂ ਮੰਗਣੀ ਹੈ ਹਿੰਦੂ ਸ਼ਬਦ ਪਾਇਆ ਬਾਬੇ ਨਾਮਦੇਵ ਨੇ ਅਤੇ ਜਦ ਨਾ ਮਰਨੇ ਨੂੰ ਗਿਆ ਜਾਨ ਨਿਕਲਣ ਲੱਗੀ ਫਿਰ ਕਹਿੰਦਾ ਚੰਗੋ ਮੈਂ ਮਨਾ ਲੈਂਦਾ ਉਹਨਾਂ ਨੂੰ ਮੈਂ ਮਤਲਬ ਉਹਨਾਂ ਦੀ ਮਿਹਨਤ ਕਰ ਲੈਂਦਾ ਫਿਰ ਜਦ ਬਾਬਾ ਜੀ ਨੂੰ ਟੋਲ ਕੇ ਲਿਆਏ ਨਾ ਉਹਦੇ ਅਹਿਲਕਾਰ ਫਿਰ ਉਹਨੇ ਇਹ ਸ਼ਬਦ ਲਿਖਿਆ ਬਖਸ਼ੀ ਹਿੰਦੂ ਮੈਂ ਤੇਰੀ ਗਾਏ ਵੀ ਹੇ ਹਿੰਦੂ ਮੈਨੂੰ ਬਖਸ਼ ਦੇ ਮੈਂ ਤੇਰੀ ਕਾਲੀ ਗਾਉਂ ਹਾਂ ਗਾਏ ਤਾਂ ਫਿਰ ਉਹ ਦਰਦ ਹਟ ਗਿਆ ਸੀ ਉਹਨਾਂ ਦਾ ਮੁਹੰਮਦ ਤੁਗਲਕ ਦੀ ਗੱਲ ਹੈ ਚਾਂਦਨੀ ਚੌਕ ਦੀ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਇਸ ਘਟਨਾ ਦਾ ਤੋ ਜੇ ਪਰਮਾਤਮਾ ਚਾਹੇ ਤਾਂ ਕਿਆ ਨਹੀਂ ਹੋ ਸਕਦਾ ਕਈ ਵਾਰ ਅਸੀਂ ਸਿੱਖ ਲੋਕ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਜੀ ਸਿੱਧੀਆਂ ਨਹੀਂ ਜੀ ਹੁੰਦੀਆਂ ਜੇ ਸਿੱਧੀਆਂ ਨਹੀਂ ਪਾਈ ਹੁੰਦੀਆਂ ਫਿਰ ਤਾਂ ਕੁਛ ਵੀ ਨਹੀਂ ਹੁੰਦਾ ਫਿਰ ਕਿਵੇਂ ਮੰਨੂਗੇ ਤੁਸੀਂ ਫਿਰ ਤੁਸੀਂ ਰੱਬ ਨੂੰ ਵੀ ਕਹੋਗੇ ਪ੍ਰੂਵ ਕਰੋ ਵੀ ਕਿੱਥੇ ਹੈ ਰੱਬ ਇਹ ਆਤਮਕ ਗੱਲਾਂ ਹੈ ਸਪਿਰਚੁਅਲ ਗੱਲਾਂ ਇਹਨਾਂ ਪਰ ਦੁਨੀਆਂ ਦੇ ਜਾਂ ਸਾਇੰਸ ਦੇ ਕਾਨੂੰਨ ਥੋੜ੍ਹੀ ਲਾਗੂ ਹੁੰਦੇ ਸਾਇੰਸ ਦੇ ਦਸਤੂਰ ਹੋ ਰਹੇ ਉਸ ਅਵਸਥਾ ਦੇ ਕਾਨੂੰਨ ਹੋ ਰਹੇ ਤਰਕਸ਼ੀਲ ਕਿਉਂਕਿ ਉਹ ਕਰਦੇ ਨੇ ਤਰਕਸ਼ੀਲ ਕਰਦੇ ਆ ਇਸ ਤਰ੍ਹਾਂ ਤਰਕਸ਼ੀਲਾਂ ਨਾਲ ਵੀ ਦੱਸਦਾ ਵਾਹ ਪਿਆ ਹੋਇਆ ਉਹਨਾਂ ਨੂੰ ਵੀ ਇਹ ਗੱਲ ਕਹੀ ਸੀ ਵੀ ਦੇਖੋ ਆਹ ਤੁਹਾਡਾ ਬਹੁਤ ਵਧੀਆ ਉੱਦਮ ਹੈ ਜਿਹੜਾ ਤੁਸੀਂ ਸਮਾਜ ਨੂੰ ਅੰਧਕਾਰ 'ਚੋਂ ਬਾਹਰ ਕਰ ਰਹੇ ਇੱਥੇ ਸਾਡੇ ਪਿੰਡੇ ਲੱਗੇ ਸੀ ਉਹ ਬਾਅਦ ਵਿੱਚ ਲੇਕਿਨ ਇੱਕ ਗੱਲ ਉਹਨਾਂ ਨੂੰ ਇਹ ਕਹੀ ਵੀ ਜਿਹੜਾ ਤੁਸੀਂ ਰੱਬ ਨੂੰ ਨਹੀਂ ਨਾ ਮੰਨਦੇ ਇਹ ਤੁਹਾਡੀ ਉਡਾਰੀ ਅਜੇ ਉੱਪਰ ਹੋਈ ਨਹੀਂ ਹੈ ਤੁਸੀਂ ਹਾਲੇ ਹੇਠਾਂ ਬੈਠੇ ਜਿੱਦਣ ਤੁਹਾਨੂੰ ਇਹ ਸਮਝ ਆ ਗਈ ਵੀ ਰੱਬ ਵੀ ਕੋਈ ਚੀਜ਼ ਹੈ ਕੋਈ ਸਪਿਰਚੁਅਲ ਜਾਂ ਡਿਵਾਈਨ ਪਾਵਰ ਹੈਗੀ ਹੈ ਫਿਰ ਤੁਹਾਨੂੰ ਇਸਦੀ ਵੀ ਸਮਝ ਆ ਜਾਊਗੀ ਅਜੇ ਤੁਹਾਨੂੰ ਸਮਝ ਨਹੀਂ ਹੈ ਤੁਸੀਂ ਇਹ ਨਾ ਕਿਹਾ ਕਰੋ ਵੀ ਰੱਬ ਨਹੀਂ ਹੈ ਜੋ ਤੁਸੀਂ ਬਾਕੀ ਕਰਦੇ ਹੋ ਸਮਾਜ ਨੂੰ ਬਈ ਆਹ ਕੁਛ ਬਣਾਤਾ ਉਹ ਬਣਾਤਾ ਰਸ ਮੂੰਹ 'ਚੋਂ ਬਾਲਾਂ ਕੱਢ ਦਿੱਤੀਆਂ ਉੱਥੇ ਕੱਢ ਕੇ ਦਿਖਾਈਆਂ ਸੀ ਉਹਨਾਂ ਨੇ ਫਿਰ ਇਹ ਵੀ ਦੱਸਿਆ ਵੀ ਆਹ ਇੱਕਣ ਨਿਕਲੀਆਂ ਭਾਈ ਤੁਹਾਡਾ ਧਿਆਨ ਨਹੀਂ ਥਾ ਉਰੇ ਵੀ ਤੁਹਾਡਾ ਇਹ ਫਾਇਦਾ ਉਠਾਉਂਦੇ ਜਿਹੜੇ ਲੋਕ ਇਹੋ ਜਿਹੇ ਅੰਧ ਵਿਸ਼ਵਾਸ 'ਚ ਪਾਉਂਦੇ ਵੀ ਇਹ ਤੁਹਾਡਾ ਨੇਕ ਕੰਮ ਹੈ ਕਰੋ ਪਰ ਰੱਬ ਪਰ ਕਿੰਤੂ ਪਰੰਤੂ ਨਾ ਕਰੋ ਫਿਰ ਤਾਂ ਗੁਰੂ ਨਾਨਕ ਸਾਹਿਬ ਕਬੀਰ ਜੀ ਬਾਬਾ ਰਵਿਦਾਸ ਜੀ ਫਿਰ ਸਾਰਿਆਂ ਪਰੇ ਕਿੰਤੂ ਪਰੰਤੂ ਹੁੰਦਾ ਦੇਖੋ ਦਾਸਰੇ ਨੂੰ ਜਿੱਥੋਂ ਇਹ ਚੇਟਕ ਲੱਗੀ ਸੀ ਕਿਉਂਕਿ ਦਾਸਰਾ ਵੀ ਕਿਸੇ ਟਾਈਮ ਸਾਇੰਸ ਪੜ੍ਹਦਾ ਰਿਹਾ ਹੈ ਡਾਕਟਰੀ ਵੀ ਸਾਇੰਸ 'ਚ ਹੁੰਦੀ ਹੈ ਬਈ ਰੱਬ ਹੈ ਵੀ ਸਹੀ ਆ ਨਹੀਂ ਇਹੀ ਜਿਹੀ ਦਿਮਾਗ 'ਚ ਆਉਂਦੀਆਂ ਸੀ ਗੱਲਾਂ ਜਿਹੜੀਆਂ ਹੁਣ ਸੰਸਾਰ ਦੇ ਆਉਂਦੀਆਂ ਹਾਂ ਪੈਂਦਾ ਸੀ ਪਰ ਇੱਕ ਵਾਰ ਨਾ ਇੱਕ ਮਨ 'ਚ ਐਸੀ ਖਿਆਲ ਘਟਨਾ ਬਣੀ
ਕਿਸੇ ਦੇ ਨਾਲ ਵਿਚਾਰ ਹੁੰਦੀ ਸੀਗੀ। ਉੱਥੇ ਵਿਚਾਰ ਇਹ ਗੱਲ ਆਈ ਬਈ ਜਿਹੜਾ ਬੰਦਾ ਰੱਬ ਦਾ ਹੋਊਗਾ, ਸੱਚ ਦੇ ਨਾਲ ਜੁੜਿਆ ਵਾ ਹੋਊਗਾ, ਉਹ ਝੂਠ ਨਹੀਂ ਬੋਲ ਸਕਦਾ। ਅਸੀਂ ਝੂਠ ਸੰਸਾਰੀ ਲੋਕ ਬੋਲ ਸਕਦੇ। ਜਿਹਨੇ ਆਪਣੀ ਗਰਦਨ ਕਟਵਾ ਲਈ ਵੀ ਮੈਂ ਮੁਹੰਮਦ ਦੀ ਵਡਿਆਈ ਨਹੀਂ ਕਰਨੀ ਝੂਠੀ, ਖੁਸ਼ਾਮਦ ਨਹੀਂ ਕਰਨੀ ਗੁਰਬਾਣੀ 'ਚ, ਤਵੀ ਪਰ ਬੈਠਣਾ ਕਬੂਲ ਕਰ ਲਿਆ। ਬਾਬੇ ਨਾਮਦੇਵ ਨੇ ਆਪਣੀ ਗਰਦਨ ਕਟਾਉਣੀ ਦੀ ਕਬੂਲ ਕਰ ਲਈ, ਨਹੀਂ ਕੱਟ ਹੋਈ, ਚਲੋ ਜਿਉਂਦੀ ਹੋ ਗਈ ਗਾਂ ਜੁਦੀ ਗੱਲ ਹੈ। ਮਾਂ ਵੀ ਕਹਿ ਹਟੀ ਬਈ ਨਾ ਵੀ ਤੂੰ ਫਿਰ ਨਾਮਦੇਵ ਤੂੰ ਅੱਲਾ ਕਹਿ ਦੇ, ਤੇਰੀ ਜਾਨ ਬਚ ਜੂਗੀ, ਛੋੜ ਰਾਮ ਕੀ ਨਾ ਭਜੇ ਖੁਦਾਏ, ਆ ਗੱਲ ਆਉਂਦੀ ਬਾਣੀ 'ਚ ਆਉਂਦੀ ਹੈ। ਫਿਰ ਨਾਮਦੇਵ ਜੀ ਨੇ ਇਹੀ ਕਿਹਾ ਸੀ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜਿਆ ਤਾਂ ਹਰ ਗੁਣ ਗਾਏ। ਫਿਰ ਤੂੰ ਮੇਰੀ ਮਾਂ ਹੀ ਨਹੀਂ ਜੇ ਤੂੰ ਮੈਨੂੰ ਇਸ ਗੱਲ 'ਤੇ ਹਟਾਉਣੀ, ਮੈਂ ਕਿਉਂ ਇਹਨਾਂ ਦੇ ਕਹੇ ਤੋਂ ਕਹਾਂ ਅੱਲਾ, ਅੰਡਰ ਕੁਐਸਚਨ ਮੈਂ ਕਿਉਂ ਕਹਾਂ, ਹੂੰ ਮੇਰੀ ਮੌਜ ਹੈ, ਮੈਂ ਰਾਮ ਅੱਲਾ ਇੱਕੋ ਸਮਝਦਾ, ਪਰ ਇਹਨਾਂ ਦੇ ਕਹੇ 'ਤੇ ਮੈਂ ਕਿਉਂ ਕਹਾਂ। ਛੋਟੀ ਜਿਹੀ ਗੱਲ ਪਿੱਛੇ ਆਡਾ ਲਾ ਕੇ ਬਹਿ ਗਿਆ, ਜਾਨ ਦੇਣ ਤੱਕ ਵੀ ਤਿਆਰ ਹੋ ਗਏ। ਤੋ ਸਾਹਿਬਜ਼ਾਦਿਆਂ ਪ੍ਰਤੀ ਵੀ ਕਈ ਮੈਂ ਸੁਣਿਆ ਹੈ, ਇੱਕ ਦੋ ਵਾਰ ਗੱਲਾਂ ਕਰਦੇ ਵੀ ਜੀ ਨਹੀਂ, ਛੋਟੀ ਉਮਰ ਸੀ, ਉਹਨਾਂ ਨੂੰ ਕੁਛ ਗੱਲ ਮੰਨ ਜਾਣੀ ਚਾਹੀਦੀ, ਉਹਨਾਂ ਨੂੰ ਪਤਾ ਹੀ ਨਹੀਂ ਵੀ ਸਿਦਕ ਕਿਆ ਹੁੰਦਾ ਅਤੇ ਸਪਿਰਚੁਅਲਿਟੀ ਆ ਡਿਵਿਨਿਟੀ ਕਿਆ ਹੁੰਦੀ ਹੈ। ਸਪਿਰਚੁਅਲਿਟੀ ਇਸ਼ੂ ਨਹੀਂ ਦੇਖਦੀ ਵੀ ਛੋਟਾ ਹੈ ਕਿ ਬੜਾ ਹੈ। ਇੱਕ ਬਾਜ ਪਿੱਛੇ ਛੇਵੇਂ ਪਾਤਸ਼ਾਹ ਨੇ ਯੁੱਧ ਕਰਾਇਆ ਸੀਗਾ, ਕਿੰਨੇ ਸਿੰਘ ਔਰ ਕਿੰਨੇ ਮੁਸਲਮਾਨ ਸ਼ਹੀਦ ਹੋਏ ਸੀ ਉਹਦੇ 'ਚ, ਸਿਰਫ ਇੱਕ ਬਾਜ ਪਿੱਛੇ। ਬਾਜ ਤਾਂ ਆਪਾਂ ਕਹਿ ਦਿੰਦੇ ਨਾ ਉਈ ਜਲਦੇ ਵੀ ਚੱਲ ਪੰਛੀ, ਉਹ ਤਾਂ ਬਾਜ, ਇਹ ਤਾਂ ਕਿਆ ਗੱਲ ਹੈ। ਗੱਲ ਬਾਜ ਦੀ ਨਹੀਂ ਹੁੰਦੀ ਹੈ, ਗੱਲ ਅਣਖ ਦੀ ਹੁੰਦੀ ਹੈ, ਸੈਲਫ ਰਿਸਪੈਕਟ ਦੀ ਹੁੰਦੀ ਹੈ। ਨੀਵਾਂ ਹੋਣਾ ਚੰਗੀ ਗੱਲ ਹੈ, ਦਵੋ ਦੋ ਚਾਰ ਵਾਰ ਦਵੋ, ਪਰ ਜੇ ਨਹੀਂ ਹਟਦਾ ਬੰਦਾ ਤਾਂ ਫਿਰ ਸੈਲਫ ਰਿਸਪੈਕਟ ਹੋਣੀ ਚਾਹੀਦੀ ਹੈ, ਆਤਮ ਸਨਮਾਨ ਹੋਣਾ ਚਾਹੀਦਾ ਬੰਦੇ ਦੇ ਅੰਦਰ, ਚਾਹੇ ਉਹ ਸ਼ਾਂਤੀਪੂਰਨ ਸ਼ਹੀਦੀ ਦੇਣ ਨੂੰ ਤਿਆਰ ਹੋ ਜਾਵੇ ਚੰਗੀ ਗੱਲ ਨਹੀਂ, ਹਾਂ, ਜਾਂ ਫਿਰ ਖੰਡੇ ਨੂੰ ਹੱਥ ਜਾਣਾ ਚਾਹੀਦਾ। ਜਾਂ ਸਿੰਘਾਂ ਨੇ ਕਿਸੇ ਨੇ ਕਹਿ ਤਾ ਜਿਹੜੇ ਢਿੱਲੜ ਸਿੱਖ 'ਤੇ ਬਈ ਜੀ ਵੀ ਉਹ ਤਾਂ ਫਿਰ ਫੌਜਾਂ ਲੈ ਕੇ ਆ ਜੂੰਗੇ ਬਾਜ ਪਿੱਛੇ, ਤਾਂ ਛੇਵੇਂ ਪਾਤਸ਼ਾਹ ਦੇ ਬਚਨ ਹੈ ਇਹ ਬੁੱਕਸ ਵਿੱਚ ਜਿਹੜੀਆਂ ਇਤਿਹਾਸ ਦੀਆਂ, ਤਿੰਨ ਕੋ ਬਾਜ ਨਹੀਂ ਆਪ ਦੇਣਾ, ਤਾਜ ਬਾਜ ਇਨ ਤੇ ਸਭ ਲੈਣਾ। ਬਾਜ ਨਹੀਂ ਦੇਣਾ ਇਹਨਾਂ ਨੂੰ, ਇਹਦਾ ਤਾਜ ਵੀ ਖੋਣਾ ਅਸੀਂ ਹੁਣ। ਇਹ ਚੜ੍ਹਦੀ ਕਲਾ ਦੇ ਪ੍ਰਤੀਕ ਹੈ, ਜਿਹੜੀ ਰੂਹਾਨੀਅਤ ਹੈ ਉਹਦੇ 'ਚ ਦੋਹੇ ਚੀਜ਼ਾਂ ਆਉਂਦੀਆਂ। ਇੱਕ ਤਾਂ ਇਹ ਹੈ, ਕਈ ਲੋਕ ਕਹਿ ਦਿੰਦੇ ਆ ਜੀ ਬਾਣੀ 'ਚ ਆਉਂਦਾ ਬਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਠੀਕ ਹੈ ਭਾਈ ਆਉਂਦਾ। ਫਿਰ ਇੱਕ ਹੈ ਵੀ ਕਬੀਰਾ ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਉਹ ਭਾਈ ਸਿੱਖੀ ਦਾ ਇੱਕ ਪੱਖ ਹੈ ਇਹ ਜੀ। ਦੂਜੇ ਤੋਂ ਅਸੀਂ ਡਰਦੇ ਹਾਂ, ਜਦ ਸ਼੍ਰੀ ਸਾਹਿਬ ਦੀ ਗੱਲ ਹੁੰਦੀ ਹੈ ਨਾ ਜਾਂ ਹਥਿਆਰਾਂ ਦੀ ਗੱਲ ਹੁੰਦੀ ਹੈ ਫਿਰ ਸਾਨੂੰ ਡਰ ਲੱਗਦਾ, ਖਾਸ ਕਰਕੇ ਅਦਰਸ ਜਿਹੜੇ ਦੂਜੇ ਲੋਕ ਹੈ ਜੀ। ਸਿੱਖ ਤਾਂ ਨਹੀਂ ਡਰਦਾ, ਸਿੱਖ ਤਾਂ ਖੁਦ ਹਥਿਆਰ ਪਾਈ ਫਿਰਦਾ ਹੁੰਦਾ। ਗੁਰੂ ਸਾਹਿਬ ਦਾ ਹੁਕਮ ਹੈ ਵੀ ਹਥਿਆਰ ਰੱਖਣਾ ਮੇਰੇ ਸਿੰਘ ਨੇ, ਕਿਆ ਪਤਾ ਕਦ ਕੋਈ ਆ ਕੇ ਸਾਡੀ ਅਣਖ ਨੂੰ ਚੁਣੌਤੀ ਦੇ ਦੇਵੇ ਜੀ। ਕਿਸੇ ਬੀਬੀ ਹੈ, ਬੀਬੀ ਅਬਲਾ ਸਮਝ ਕੇ ਲੋਕ ਹੱਥ ਪਾਉਂਦੇ, ਅੱਜ ਕੱਲ੍ਹ ਹੋ ਰਿਹਾ ਸੰਸਾਰ 'ਚ, ਅਤੇ ਜੇ ਉਹਦੇ ਕੋਲ ਸ਼੍ਰੀ ਸਾਹਿਬ ਹੋਊਗੀ ਜਾਂ ਕੋਈ ਹੋਰ ਪਿਸਟਲ ਜਾਂ ਕੁਛ ਵੀ ਹੋਊਗਾ, ਕਿਸੇ ਦੀ ਮਜਾਲ ਨਹੀਂ ਵੀ ਝਾਕ ਜਾਵੇ ਉੱਧਰ ਨੂੰ। ਐਸੀਆਂ ਵੀ ਬੀਬੀਆਂ ਹੋਈਆਂ ਹੈ ਬਈ ਜਿਨ੍ਹਾਂ ਨੇ ਅਣਖ ਦੇ ਮਾਰੇ ਤਿੰਨ ਤਿੰਨ ਚਾਰ ਚਾਰ ਮੁਸਲਮਾਨ ਜੰਗਲ ਦੇ 'ਚ ਇਕੱਲੀ ਨੇ ਹਲਾਕ ਕਰਤੇ ਸੀਗੇ। ਸੋ ਜਿਹੜੀ ਡਿਵਿਨਿਟੀ ਹੈ ਨਾ, ਇਹਨੂੰ ਬਹੁਤ ਹੋਰ ਤਰੀਕੇ ਨਾਲ ਡੇਰਿਆਂ ਵਾਲਿਆਂ ਨੇ ਵੀ ਅਤੇ ਜਿਹੜਾ ਸਾਡਾ ਬਾਕੀ ਦੇ ਅਦਰਸ ਹੈ ਉਹਨਾਂ ਨੇ ਹੋਰ ਤਰੀਕੇ ਨਾਲ ਬਣਾ ਕੇ ਪੇਸ਼ ਕਰਿਆ ਹੋਇਆ। ਡਿਵਿਨਿਟੀ ਜਿਹੜੀ ਹੈ ਗੁਰਬਾਣੀ ਵਿੱਚ ਸਾਰੀ ਵਿਦਵਾਨ ਹੈ, ਸਾਰੀ ਦੇ ਵਿੱਚ ਵਿਦਤ ਹੈ, ਉਹਨੂੰ ਤਾਂ ਸਮਝਣਾ ਹੀ ਬਹੁਤ ਮੁਸ਼ਕਲ ਹੈ, ਚੱਲਣਾ ਤਾਂ ਹੋਰ ਵੀ ਔਖੀ ਗੱਲ ਹੈ। ਡਿਵਿਨਿਟੀ ਯਾਨੀ ਨੂਰਾਨੀਅਤ, ਰੂਹਾਨੀਅਤ ਤੇ ਉੱਪਰ ਹੈ, ਨੂਰਾਨੀਅਤ ਡਿਵਿਨਿਟੀ ਸਪਿਰਚੁਅਲਿਟੀ ਤੇ ਉੱਪਰ ਹੈ। ਬਾਕੀ ਲੋਕਾਂ ਦੀ ਬਹੁਤਿਆਂ ਦੀ ਦੌੜ ਸਪਿਰਚੁਅਲਿਟੀ ਤੱਕ ਹੁੰਦੀ ਹੈ, ਲੇਕਿਨ ਗੁਰੂ ਸਾਹਿਬਾਨ ਦੀ ਔਰ ਭਗਤ ਸਾਹਿਬਾਨ, ਚਾਹੇ ਉਹ ਕਬੀਰ ਜੀ ਹੈ, ਚਾਹੇ ਨਾਮਦੇਵ ਜੀ ਹੈ, ਚਾਹੇ ਕੋਈ ਵੀ ਭਗਤ ਹੈ, ਉਹਨਾਂ ਦੀ ਦੌੜ ਡਿਵਿਨਿਟੀ 'ਚ ਹੁੰਦੀ ਹੈ। ਉਹ ਇੱਕ ਦੇ ਨਾਲ ਜੁੜੇ ਹੋਏ ਹੁੰਦੇ, ਇੱਕ ਤੋਂ ਬਿਨਾਂ ਦੂਜੇ ਨੂੰ ਨੱਕ ਹੇਠ ਨਹੀਂ ਲਿਆਉਂਦੇ।
ਸਪਿਰਚੁਅਲ ਬੰਦਾ ਹੁੰਦਾ ਉਹ ਵੀ ਅੱਛਾ ਹੈ, ਲੇਕਿਨ ਉਹ ਸਭ ਨੂੰ ਮੰਨੀ ਜਾਂਦਾ, ਦੇਵੀ ਦੇਵਤਿਆਂ ਨੂੰ ਵੀ ਮੰਨੀ ਜਾਂਦਾ, ਉਸੇ ਤਰ੍ਹਾਂ ਸਮਾਧਾਂ ਨੂੰ ਵੀ ਮੰਨੀ ਜਾਊਗਾ, ਉਹ ਇੱਕ ਬੰਨੀ ਖੜਾ ਹੁੰਦਾ। ਆਹ ਫਰਕ ਹੈ ਸਪਿਰਚੁਅਲਿਟੀ ਔਰ ਡਿਵਿਨਿਟੀ ਦੇ ਵਿੱਚ। ਇਹ ਵਿਦਵਾਨਾਂ ਨੇ ਰਲ ਗੱਡ ਕਰੀਆਂ ਪਈਆਂ ਸਭ ਚੀਜ਼ਾਂ, ਸਮਝ ਨਹੀਂ ਆਉਂਦੀ। ਦਾਸੇ ਨੂੰ ਵੀ ਬਹੁਤ ਔਖੀ ਆਈ ਹੈ, ਕਿਸੇ ਬੁੱਕਸ ਵਿੱਚ ਨਹੀਂ ਲਿਖੀਆਂ ਹੋਈਆਂ ਵੀ ਕਿਤੋਂ ਪੜ੍ਹੀਆਂ ਹੈ, ਬਸ ਅਨੁਭਵ ਦੀਆਂ ਗੱਲਾਂ ਵਿੱਚੋਂ ਆਪੇ ਕਿਸੇ ਟਾਈਮ ਮਹਾਰਾਜ ਆਪੇ ਸੁਝਾ ਦਿੰਦਾ, ਜਾਂ ਰੋਜ਼ ਕਰਦੇ ਹੀ ਰਹਿਣਾ, ਕਿੱਤਾ ਹੀ ਉਹੀ ਹੈ। ਬਾਣੀ ਦੀ ਵਿਚਾਰ 'ਚੋਂ ਹਰ ਇੱਕ ਚੀਜ਼ ਮਿਲਦੀ ਹੈ, ਹੀਰੇ ਲਾਲ ਮੋਤੀ ਰਤਨ ਵਿਚਾਰਾਂ ਦੇ ਵਿੱਚ ਭਰੇ ਪਏ ਹੈ। ਜਿੰਨਾ ਕੋਈ ਨੀਵਾਂ ਹੋ ਕੇ ਸਿੱਖ ਲੂਗਾ ਉਨਾ ਸਿੱਖ ਲਵੇ। ਅਤੇ ਤੁਸੀਂ ਇੱਕ ਆਫ ਰਿਕਾਰਡ ਗੱਲ ਦੱਸੀ ਸੀ ਸੰਤ ਨਸਲਪੁਰ ਵਾਲਿਆਂ ਦੀ, ਭਤੀਜੇ ਦੇ ਨਾਲ ਕੀ ਵਾਪਰਿਆ ਸੀਗਾ, ਉਹ ਵੀ ਜ਼ਰਾ ਦੱਸੋ ਜੀ। ਹਾਂ ਸਾਧ ਸੰਗਤ ਜੀ, ਉਹ ਜਿਹੜੇ ਨਸਲਪੁਰ ਵਾਲੇ ਬਾਬਾ ਜੀ ਹੈ, ਜਿਨ੍ਹਾਂ ਨੂੰ ਅਸੀਂ ਆਪਣੇ ਏਰੀਏ ਦੇ ਵਿੱਚ ਹੋਣੇ ਕਰਕੇ ਨਹੀਂ, ਵੈਸੇ ਉਹਨਾਂ ਦੀ ਜਿਹੜੀ ਡਿਵਿਨਿਟੀ ਕਰਕੇ ਅਸੀਂ ਉਹਨਾਂ ਨੂੰ ਬੜਾ ਕਰਦੇ ਹਾਂ। ਅਸੀਂ ਤਾਂ ਪੜ੍ਹੇ ਲਿਖੇ ਹਾਂ, ਡਾਕਟਰ ਵੀ ਹੈ, ਸਾਇੰਸ ਵੀ ਪੜ੍ਹੇ ਹੋਏ ਹੈ, ਮਿਸ਼ਨਰੀ ਨਾਲ ਵੀ ਵਾਹ ਹੈ। ਤੁਸੀਂ ਉਹਨਾਂ ਦੀ ਦੇਹ ਨੂੰ ਪਿਆਰ ਕਰਦੇ ਜਾਂ ਉਹਨਾਂ ਦੇ ਵਿਚਾਰ? ਨਹੀਂ ਨਹੀਂ, ਜਿਹੜੇ ਉਹਨਾਂ ਦੇ ਵਿਚਾਰ ਸੀਗੇ ਜੀ। ਸਰੀਰ ਤਾਂ ਹੈ ਹੀ ਨਹੀਂ ਹੁਣ, ਸਰੀਰ ਕਿੱਥੇ ਉਹਨਾਂ ਦਾ ਜੀ। ਉਹਨਾਂ ਦਾ ਭਤੀਜਾ ਇੱਕ ਲਾਲਚੀ ਸੀਗਾ, ਠਾਕਰ ਜੀ ਸੀ ਉਹਦਾ ਨਾਂ। ਅੱਛਾ ਜੀ। ਉਹਨੇ ਨਾ ਇੱਕ ਵਾਰ ਇੱਕ ਪੰਚਾਇਤ ਦੀ ਜ਼ਮੀਨ ਕਿਸੇ ਹੋਰ ਬੰਦੇ ਨੇ ਬੋਲੀ ਦਿੱਤੀ ਸੀ, ਫਿਰ ਇਹਨੇ ਉੱਪਰ ਦੇ ਦਿੱਤੀ, ਕੋਈ ਉੱਪਰੋਂ ਥਲੀ ਹੋ ਗਈ। ਅੱਛਾ ਜੀ। ਬੀਜੀ ਉਹਨਾਂ ਨੇ ਦੂਜਿਆਂ ਨੇ, ਇਹਨੇ ਜਾ ਕੇ ਕਾਮੇ ਲਾ ਤੇ ਵੱਢਣ ਖਾਤਰ ਕਣਕ ਨੂੰ, ਵੀ ਮੇਰੀ ਕਣਕ ਹੈ। ਉਹ ਪੁਲਿਸ ਲਿਆਏ ਮਰਿੰਡੇ ਤੋਂ ਥਾਣਾ, ਆ ਕੇ ਉਹਨਾਂ ਥਾਣੇਦਾਰ ਨੇ ਬਾਬਾ ਜੀ ਕੋਲ ਅਰਜ਼ ਕਰਤੀ ਵੀ ਬਾਬਾ ਜੀ ਮੈਂ ਤੁਹਾਡੇ ਹੁੰਦੇ ਕਿਆ ਕਹਾਂ, ਕਿਉਂਕਿ ਬਾਬਾ ਜੀ ਦੀ ਬਹੁਤ ਰਿਸਪੈਕਟ ਸੀ ਪਿੰਡਾਂ 'ਚ, ਵੀ ਤੁਸੀਂ ਉਹ ਦੱਸੋ ਵੀ ਇਹ ਕਿਆ ਹੱਲ ਕਰਮ ਹੈ, ਇਹਦਾ ਕਿਆ ਚੱਕਰ ਹੈ। ਕਹਿੰਦੇ ਭਾਈ ਜਿਹਨੇ ਕਣਕ ਬੀਜੀ ਹੈ ਉਸੇ ਦੀ ਕਣਕ ਹੈ, ਠਾਕਰ ਜੀ ਗਲਤ ਹੈ ਇੱਥੇ। ਇਹ ਗੱਲ ਜੁੜੀ ਹੈ ਵੀ ਠਾਕਰ ਜੀ ਉਹਨਾਂ ਦਾ ਭਤੀਜਾ ਬਹੁਤ ਲੜਿਆ ਬਾਅਦ 'ਚ ਫਿਰ ਮਹਾਤਮਾ ਨਾਲ, ਸ਼ਾਮ ਨੂੰ ਵੀ ਤਾਂ ਮੇਰੀ ਬੇਇੱਜ਼ਤੀ ਕਰਾਤੀ ਤਾਂ ਇਹ ਕਰਤਾ, ਲੇਕਿਨ ਸੱਚ ਸੱਚ ਮਹਾਤਮਾ ਦੀ ਅਵਸਥਾ ਬਹੁਤ ਉੱਚੀ ਸੀਗੀ। ਉਹ ਛੋਟੀ ਮੋਟੀਆਂ ਗੱਲਾਂ ਨਹੀਂ ਇਹੀਆਂ ਕਰਦੇ ਸੀ, ਉਹ ਤਾਂ ਸਾਰਾ ਦਿਨ ਗੜੂੰਦ ਰਹਿੰਦੇ ਸੀ ਨਾਮ 'ਚ, ਕੋਈ ਵੀ ਕਿਸੇ ਨੂੰ ਜਵਾਬ ਦੇਣਾ ਸਭ ਗੁਰੂ ਗੁਰੂ ਜਪੋ ਜੀ ਜੀ, ਕੋਈ ਪਖੰਡ ਨਹੀਂ, ਕੋਈ ਕੁਛ ਨਹੀਂ, ਕਿਸੇ ਨੂੰ ਕਰਨਾ ਚੌਂਕੀਆਂ ਭਰੋ ਜੀ, ਫਲਾਣੀ ਜਗ੍ਹਾ ਇਹ ਕਰੋ, ਜਿਵੇਂ ਅੱਜ ਕੱਲ੍ਹ ਡੇਰੇਦਾਰੀ ਚੱਲਦਾ, ਬਿਲਕੁਲ ਨਹੀਂ। ਪਰ ਉਹ ਕਹਿੰਦੇ ਹੁੰਦੇ ਸੀ ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ ਜੀ। ਭਾਈ ਨਾ ਗੁਰਬਾਣੀ ਤੇ ਉੱਪਰ ਕੋਈ ਸਿੱਖਿਆ ਹੈ ਨਾ ਹੋਣੀ ਹੈ, ਬਸ ਗੁਰੂ ਦੇ ਨਾਲ ਜੁੜ ਜਾਓ, ਗੁਰੂ ਗੁਰੂ ਕਰੋ। ਇੱਕ ਵਾਰ ਦਿੱਲੀ ਤੋਂ ਕਿਸੇ ਨੇ ਸਵਾਲ ਵੀ ਕਰਿਆ ਸੀ ਕਿਸੇ ਡੈਂਟਿਸਟ ਨੇ, ਵੀ ਡਾਕਟਰ ਸਾਹਿਬ ਤੁਸੀਂ ਕਹਿੰਦੇ ਵੀ ਗੁਰੂ ਗੁਰੂ ਕਰਨਾ ਚਾਹੀਦਾ, ਮਹਾਤਮਾ ਕਹਿੰਦੇ ਸੀ ਵੀ ਮੈਂ ਤਾਂ ਸੁਣਿਆ ਵੀ ਵਾਹਿਗੁਰੂ ਦੀ ਬਜਾਏ ਵੀ ਵਾਹਿਗੁਰੂ ਕਹਿਣਾ ਚਾਹੀਦਾ। ਹੁਣ ਇਹ ਤਾਂ ਚਲੋ ਸੰਗਤ ਹੈ, ਆਪਣੀ ਆਪਣੀ ਤਰ੍ਹਾਂ ਸੋਚਦੀ ਹੈ, ਹਰ ਬੰਦੇ ਦੇ ਵਿਚਾਰ ਹੈ, ਪਰ ਜਿਹੜੇ ਪੁਰਾਣੇ ਮਹਾਂਪੁਰਸ਼ ਸੀ ਉਹ ਵੀ, ਅਤੇ ਗੁਰਬਾਣੀ ਵਿੱਚ ਵੀ ਗੁਰੂ ਦੀ ਮਹਿਮਾ ਬਹੁਤ ਹੈ, ਗੁਰੂ ਨੂੰ ਪਰਮਾਤਮਾ ਦੇ ਬਰਾਬਰ ਰੱਖਿਆ ਹੋਇਆ। ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਦੋਹੇ ਬਰਾਬਰ ਨੇ, ਗੁਰੂ ਘੱਟ ਨਹੀਂ ਹੈ ਉਹ ਤੋਂ, ਰੱਖਦਾ ਆਪਣੀ ਨਿਮਾਨਤਾ 'ਚ ਨੀਵਾਂ ਗੁਰੂ ਆਪਣੇ ਆਪ ਨੂੰ ਪਰਮਾਤਮਾ ਤੋਂ, ਉਹਦੀ ਪੂਜਾ ਕਰਦਾ, ਭਗਤੀ ਕਰਦਾ, ਪਰ ਘੱਟ ਨਹੀਂ ਹੁੰਦੇ ਦੋਹੇ, ਹੋਰ ਕੋਈ ਉਹਦੇ ਬਰਾਬਰ ਗੁਰੂ ਦੇ ਬਰਾਬਰ ਨਹੀਂ ਹੋ ਸਕਦਾ। ਤੋ ਭਾਈ ਤੁਸੀਂ ਵਾਹਿਗੁਰੂ ਕਹੋ, ਵਾਹਿਗੁਰੂ ਕਹੋ, ਗੁਰੂ ਗੁਰੂ ਕਹੋ, ਇੱਕੋ ਹੀ ਗੱਲ ਹੈ, ਇਹਦੇ 'ਚ ਕੋਈ ਭੇਦ ਨਹੀਂ ਹੈ। ਅਤੇ ਜੇ ਗੁਰਬਾਣੀ 'ਚੋਂ ਆਪਾਂ ਹੋਰ ਪੁੱਛ ਲਈਏ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀਂ ਹੋਰ, ਗੁਰੂ ਇਹ ਤਾਂ ਹੈ ਸਭ ਕੁਛ, ਪਰਮਾਤਮਾ ਗੁਰੂ ਹੀ ਤਾਂ ਹੈ, ਗੁਰੂ ਪਰਮਾਤਮਾ ਹੈ। ਗੁਰੂ ਨੂੰ ਪਾਉਣ ਦੇ ਲਈ ਜਾਂ ਨਾਮ ਨੂੰ, ਜਿਵੇਂ ਆਪਾਂ ਕਹਿੰਦੇ ਵੀ ਸਾਨੂੰ ਕਿਸੇ ਦੇ ਨਾਲ ਕੀ ਜੁੜਨਾ, ਜਦੋਂ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨੇ, ਪਰ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਦੀ ਸਮਝ ਨਾ ਆਵੇ, ਕਿਸੇ ਦੇਹਧਾਰੀ ਕੋਲ ਜਾ ਕੇ ਚੰਗੀ ਜਿਹੜੇ ਮਹਾਂਪੁਰਸ਼ ਹੈਗੇ ਇੱਕ ਚੰਗਾ ਨਾਮ, ਉਹਨਾਂ ਨੂੰ ਉਹਨਾਂ ਤੋਂ ਸੇਧ ਲੈਣੀ ਠੀਕ ਹੈ ਜੀ? ਦੇਖੋ ਐਸਾ ਮਹਾਂਪੁਰਸ਼ ਮਿਲਣਾ ਹੀ ਪਹਿਲਾਂ ਬਹੁਤ ਮੁਸ਼ਕਲ ਹੈ ਜੀ, ਨਹੀਂ ਹੈ ਕੋਈ ਨਸਲਪੁਰ ਵਾਲੇ ਬਾਬਾ ਜੀ ਵਰਗਾ ਮਹਾਂਪੁਰਸ਼ ਮਿਲਣਾ ਬਹੁਤ ਮੁਸ਼ਕਲ ਹੈ। ਸ਼ਾਇਦ ਇਹੀ ਗੱਲਾਂ ਕਰਕੇ ਅੱਜ ਡੇਰੇਦਾਰਾਂ ਨੇ ਲਾਹਾ ਬਿਲਕੁਲ ਲਿਆ ਹੋਇਆ ਜੀ, ਬਿਲਕੁਲ ਲਿਆ ਹੋਇਆ, ਉਹ ਕਦੇ ਵੀ ਨਹੀਂ ਸੀ ਆਪਣੇ ਨਾਲ ਜੋੜਦੇ,
ਉਹਨਾਂ ਨੇ ਤਾਂ ਬਸ ਆਹੀ ਸਾਹਿਬ ਗੁਰੂ ਗੁਰੂ ਜਪੋ ਬਸ। ਹਾਲਾਂਕਿ ਉਹਨਾਂ ਦੀ ਗੱਲ ਵਿੱਚ ਵਾਕ ਸੱਤਾ ਸੀਗੀ, ਜਿਹੜੀ ਗੱਲ ਕਹਿੰਦੇ ਸੀ ਇਲਾਕੇ ਨੂੰ ਪਤਾ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਸੀ ਜੀ। ਪਰ ਆਪਣਾ ਨਾਂ ਨਹੀਂ ਕਦੇ ਵੀ, ਕੋਈ ਡੇਰਾ ਨਹੀਂ ਬਣਾਇਆ, ਕੁਛ ਨਹੀਂ, ਸਾਰੀ ਉਮਰ ਮਾਇਆ ਨਹੀਂ ਲਈ ਕਿਸੇ ਤੋਂ, ਕੋਈ ਪੈਸਾ ਨਹੀਂ ਲਿਆ ਕਦੇ ਵੀ, ਘਰ ਤੋਂ ਲੰਗਰ ਚਲਾਇਆ। ਹਾਲਾਂਕਿ ਉਹੀ 2-4 ਕਿੱਲੇ ਜਿਵੇਂ ਆਮ ਇੱਕ ਕਿਸਾਨ ਕੋਲ ਹੁੰਦੇ ਇੰਨੇ ਹੀ ਸੀ, ਹੱਥੀਂ ਕੰਮ ਕਰਦੇ ਸੀਗੇ ਉਹ, ਲੰਗਰ ਚਲਾਉਂਦੇ ਸੀ। ਕਦੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੈਨੂੰ ਭਾਈ ਤੂੰ ਮੱਸਿਆ ਨੂੰ ਜਾਈ ਫਲਾਣੀ ਜਗ੍ਹਾ, ਚਾਹੇ ਉਹ ਗੁਰਦੁਆਰੇ 'ਚ ਕਹਿ ਦਿੰਦੇ ਅੱਜ ਕੱਲ੍ਹ ਦੇ ਡੇਰੇਦਾਰ ਭਾਈ ਉੱਥੇ ਚੌਂਕੀਆਂ ਭਰੀ, ਨਹੀਂ ਉਹ ਕਹਿੰਦੇ ਸੀ ਭਾਈ ਘਰ ਜਾਓ ਸਾਹੂ ਗੁਰੂ ਗੁਰੂ ਜਪੋ ਬਸ, ਦੂਈ ਗੱਲਾਂ ਨਹੀਂ ਸੀ ਕਰਦੇ ਸਾਰਾ ਦਿਨ। ਜਦ ਵੀ ਕਦੇ ਦਾਸ ਰਿਹਾ ਅਸੀਂ ਗਏ ਉੱਥੇ ਜਾਂਦੇ ਰਹਿੰਦੇ, ਉਰੇ ਵੀ ਬਹੁਤ ਆਉਂਦੇ ਸੀ ਸਾਡੇ ਪਿੰਡ 'ਚ, ਅੱਖਾਂ ਨੇਤਰ ਬੰਦ ਹੋਣੇ, ਪਿੱਛੇ ਬਿਸਤਰਾ ਇਕੱਠਾ ਕਰਿਆ ਵਾ ਹੋਣਾ, ਬਸ ਇਸ ਤਰੀਕੇ ਨਾਲ ਉਹ ਮੌਜ ਵਿੱਚ ਪਏ ਹੁੰਦੇ ਸੀਗੇ। ਹਰ ਵਕਤ ਉਹਨਾਂ ਦੇ ਅੰਦਰ ਧੁਨੀ ਚੱਲਦੀ ਸੀ। ਇੱਕ ਵਾਰ ਦਾਸ ਰਿਹਾ ਨੂੰ ਦੱਸਿਆ, ਇੱਕ ਬੰਦੇ ਨੇ ਕਕਰਾਲੀ ਦੇ ਨੇ, ਲਾਭ ਸਿੰਘ ਹੈ ਉਹਦਾ ਨਾਂ, ਉਹ ਕਹਿੰਦਾ ਵੀ ਅਸੀਂ ਕੁਝ ਸਾਨੂੰ ਟਿਊਬਵੈੱਲ ਸੀ ਨਸਲਪੁਰ ਦੇ ਬੰਨੇ ਦਾ, ਕਕਰਾਲੀ ਵੀ ਪਾਣੀ ਆਉਂਦਾ ਸੀ ਕਈ ਕਈ ਪਿੰਡਾਂ 'ਚ, ਸਰਕਾਰੀ ਟਿਊਬਵੈੱਲ ਉਦੋਂ ਪਾਣੀ ਆਇਆ ਕਰਦਾ ਸੀ। ਕਹਿੰਦਾ ਸਾਡਾ ਕੋਲ ਹੋ ਗਿਆ ਝਗੜਾ, ਚਲੇ ਗਏ ਸੰਤਾਂ ਕੋਲ ਵੀ, ਚਲੋ ਉਹਨਾਂ 'ਤੇ ਨਿਬੇੜਾ ਕਰਾਉਂਦੇ। ਕਹਿੰਦਾ ਜੀ ਸੰਤ ਸੁੱਤੇ ਪਏ, ਅਸੀਂ ਉੱਥੇ ਚਲੇ ਗਏ, ਜਦ ਵੀ ਉਹ ਇੱਕ ਘਰਾੜਾ ਮਾਰੇ ਕਰੇ ਰਾਮ ਰਾਮ ਇਸ ਤਰ੍ਹਾਂ ਦੀ ਕਹਿੰਦਾ ਆਵਾਜ਼ ਆਉਂਦੀ ਹੁੰਦੀ ਸੀ। ਇਹ ਗੱਲ ਠੀਕ ਹੈ ਵੀ ਪਹਿਲੀ ਵਸਤਾ ਜਦ ਮਹਾਤਮਾ ਨੇ ਅੰਮ੍ਰਿਤ ਨਹੀਂ ਸੀ ਛਕਿਆ, ਸਾਡੇ ਬਜ਼ੁਰਗ ਦੱਸਦੇ ਹੈ ਬਈ ਉਹ ਰਾਮੇ ਰਾਮ ਕਿਹਾ ਕਰਦੇ ਸੀ, ਜਦ ਤੋਂ ਅੰਮ੍ਰਿਤਧਾਰੀ ਹੋ ਗਏ ਫਿਰ ਉਹ ਵਾਹਿਗੁਰੂ ਲੱਗ ਗਏ ਕਹਿਣ। ਇਹ ਤਾਂ ਇੱਕੋ ਗੱਲ ਹੈ, ਰਾਮ ਕਹੋ ਵਾਹਿਗੁਰੂ ਕਹੋ ਤਾਂ ਉਹਦਾ ਨਾਂ ਹੈ। ਜੇ ਪਰਮਾਤਮਾ ਗੁਰੂ ਸਾਨੂੰ ਸਾਡੀ ਮੈਂ ਤੋੜ ਕੇ ਅੰਦਰ ਪੈਦਾ ਕਰ ਦੇਵੇ ਨਾਮ, ਤਾਂ ਰੌਲਾ ਹੀ ਨਹੀਂ ਕੋਈ, ਚਾਹੇ ਉਹ ਗੁਰਬਾਣੀ ਦੀ ਤੁੱਕ ਵੀ ਹੋ ਸਕਦੀ ਹੈ, ਗੁਰਬਾਣੀ ਵੀ ਨਾਮ ਹੈ ਸਾਰੀ ਉਹ। ਇਹ ਤਾਂ ਬਖਰੇਵੇਂ ਸਾਡੇ, ਜਿੰਨਾ ਚਿਰ ਸਾਡੇ ਮਨ ਦੇ ਵਿੱਚ ਨਾ ਸਹਿਜ ਧੁਨ ਨਹੀਂ ਚੱਲਦੀ, ਉਨਾ ਚਿਰ ਝਗੜਾ ਰਹਿਣਾ ਹੀ ਰਹਿਣਾ। ਵਾਹਿਗੁਰੂ ਸਿੱਧ ਸਮਾਧ ਕਰੈ ਨਿਤ ਝਗੜਾ, ਦੋਏ ਲੋਚਨ ਕਿਆ ਹੀਰੈ, ਅੰਤਰ ਗਿਆਨ ਸ਼ਬਦ ਧੁਨ ਜਾਗੈ, ਸਤਿਗੁਰ ਝਗੜ ਨਵੇਰੈ। ਜਿੰਨਾ ਚਿਰ ਅੰਦਰ ਗਿਆਨ ਆਤਮ ਜਾਂ ਵਿਵੇਕ ਗਿਆਨ ਪੈਦਾ ਨਹੀਂ ਹੁੰਦਾ, ਸਹਿਜ ਦੀ ਧੁਨੀ ਚੱਲਦੀ ਨਹੀਂ ਹੈ, ਜਿਹਨੂੰ ਰਾਮ ਧੁਨ ਵੀ ਕਹਿੰਦੇ, ਹਰ ਹਰ ਧੁਨ ਵੀ ਗੁਰਬਾਣੀ 'ਚ ਆਉਂਦਾ ਜ਼ਿਕਰ, ਸਹਿਜ ਧੁਨ ਵੀ ਕਹਿੰਦੇ। ਜਿੰਨਾ ਚਿਰ ਉਹ ਸਹਿਜ ਧੁਨੀ ਬੰਦੇ ਦੇ ਅੰਦਰ ਪ੍ਰਗਟ ਨਹੀਂ ਹੁੰਦੀ, ਝਗੜਾ ਮਿਟ ਨਹੀਂ ਸਕਦਾ ਕਿਸੇ ਦਾ ਵੀ, ਗੁਰਬਾਣੀ ਦਾ ਇਹ ਪੱਕਾ ਫਰਮਾਨ ਹੈ। ਇਹ ਝਗੜੇ ਕਾਹਤੇ ਹੋ ਰਹੇ ਸੰਸਾਰ ਦੇ ਵਿੱਚ? ਧਰਮ ਦੇ ਵੀ ਝਗੜੇ ਸਭ ਤੋਂ ਜ਼ਿਆਦਾ, ਧਾਰਮਿਕ ਧਰਮ ਦੇ ਨਾਂ ਪਰ ਸਭ ਤੋਂ ਜ਼ਿਆਦਾ ਕਤਲੋਗਾਰਤ ਹੋ ਰਹੀ ਹੈ, ਕਿਉਂਕਿ ਸਾਡੇ ਅੰਦਰ ਨਾਮ ਨਹੀਂ ਚੱਲਦਾ, ਸਹਿਜ ਧੁਨੀ ਨਹੀਂ ਚੱਲਦੀ। ਜਿਹਦੇ ਅੰਦਰ ਸਹਿਜ ਧੁਨੀ ਗੁਰੂ ਨੇ ਦੇ ਦਿੱਤੀ, ਉਹਦੇ ਵਾਸਤੇ ਸਭ ਇੱਕੋ ਆਰਾਮ ਹੋ ਜਾਂਦਾ, ਕੋਈ ਫਰਕ ਨਹੀਂ ਰਹਿ ਜਾਂਦਾ, ਨਾ ਕਿਸੇ ਹਿੰਦੂ ਸਿੱਖ ਦਾ, ਨਾ ਪੰਛੀ ਦਾ, ਨਾ ਦਰਖਤ ਦਾ। ਉਹ ਕੁੱਤੇ ਦੇ ਪਿੱਛੇ ਵੀ ਨਾਮਦੇਵ ਜੀ ਕੌਲਾ ਲਈ ਦੌੜੇ ਜਾਂਦੇ ਵੀ ਘੀ ਤਾਂ ਲੈ ਜਾ, ਰੋਟੀ ਦਾ ਤੂੰ ਚੱਕ ਲੈ ਗਿਆ, ਘੀ ਤਾਂ ਲੈ ਜਾ। ਉਹ ਅਵਸਥਾ ਹੀ ਹੋਰ ਹੈ, ਉਹਦੀ ਅਵਸਥਾ ਦੀ ਆੜ ਵਿੱਚ ਅਸੀਂ ਡੇਰੇਦਾਰੀ ਬਣਾਈ ਹੋਈ ਹੈ, ਸਾਰਾ ਕੁਛ ਉਲਟ ਸੁਲਟ ਕਰਦੇ ਹੈ। ਸਾਨੂੰ ਪਤਾ ਕੁਛ ਨਹੀਂ, ਅਸੀਂ ਸਮਝਦੇ ਹਾਂ ਵੀ ਸਾਨੂੰ ਰੱਬ ਦਾ ਮਿਲ ਗਿਆ, ਲੋਕ ਵੀ ਸਮਝਦੇ ਵੀ ਨਾ ਰੱਬ ਮਿਲਿਆ ਵਾ, ਭੋਰਾ ਰੱਬ ਨਹੀਂ ਹੁੰਦਾ ਮਿਲਿਆ ਹੋਇਆ, ਰੱਬ ਦੀਆਂ ਇਹ ਗੱਲਾਂ ਹੀ ਨਹੀਂ ਹੈ। ਰੱਬ ਵਾਲੀ ਅਵਸਥਾ ਤਾਂ ਬਹੁਤ ਮੁਸ਼ਕਲ 'ਤੇ ਕਿਸੇ ਨੂੰ ਮਿਲ ਸਕਦੀ ਹੈ, ਜੋ ਸਾਨੂੰ ਸਮਝ ਆਈ ਹੈ ਗੁਰਬਾਣੀ 'ਚ। ਬਾਕੀ ਭੁੱਲਾਂ ਚੁੱਕਾਂ ਦੀ ਦਾਸਰਾ ਹਮੇਸ਼ਾ ਹੀ ਖਿਮਾ ਮੰਗਦਾ, ਕਿਉਂਕਿ ਦੇਖੋ ਕੋਈ ਰੱਬ ਤਾਂ ਹੈ ਨਹੀਂ, ਫਿਰ ਵੀ ਕੋਈ ਨਾ ਕੋਈ ਗੱਲ ਬੋਲਣ ਲੱਗੀ, ਕੋਈ ਸਲਿਪ ਆਫ ਟੰਗ ਹੋ ਜਾਂਦੀ ਹੈ, ਉਹਦੀ ਦਾਸਰਾ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਸੋਹਣ ਸਿੰਘ ਪਪਰਾਲੀ ਜੀ, ਜਿਨ੍ਹਾਂ ਅੱਜ ਡੇਰੇ ਬਾਰੇ, ਖਾਸ ਤੌਰ 'ਤੇ ਬਾਬਾ ਵਡਭਾਗ ਸਿੰਘ ਦੇ ਡੇਰੇ ਬਾਰੇ ਗੱਲ ਕੀਤੀ, ਕਿਉਂਕਿ ਅੱਜ ਡੇਰੇ ਅਤੇ ਡੇਰੇਦਾਰਾਂ ਨੇ ਲੋਕਾਂ ਨੂੰ ਇੰਨਾ ਜ਼ਿਆਦਾ ਹਨੇਰੇ ਦੇ ਵਿੱਚ ਰੱਖਿਆ ਹੋਇਆ ਹੈ, ਅਸੀਂ ਉਸ ਹਨੇਰੇ ਨੂੰ ਚਾਨਣਾ ਸਮਝ ਬੈਠੇ ਹਾਂ। ਚਾਨਣਾ ਹੀ ਦੱਸਿਆ ਜਾ ਰਿਹਾ ਹੈ ਲੋ ਉਹਨਾਂ ਦੇ ਵੱਲੋਂ, ਅਤੇ ਅਸੀਂ ਵੀ ਇੰਨਾ ਜ਼ਿਆਦਾ ਉਸੇ ਹਨੇਰੇ ਦੇ ਵਿੱਚ ਅੰਦਰ ਤੱਕ ਚਲੇ ਗਏ ਹਾਂ ਕਿ ਉਸ ਨੂੰ ਹੀ ਚਾਨਣ ਸਮਝਦੇ ਰਹੇ ਹਾਂ। ਪਰ ਸਾਡੀ ਕੋਸ਼ਿਸ਼ ਇਹੀ ਹੈ ਕਿ ਉਸ ਹਨੇਰੇ ਤੋਂ ਅਸਲ ਦੇ ਵਿੱਚ ਚਾਨਣ ਹੈ ਕੀ, ਪ੍ਰਕਾਸ਼ ਕੀ ਹੈ, ਉਸ ਚੀਜ਼ ਦੀ ਗੱਲ ਕੀਤੀ ਜਾਵੇ। ਬੇਸ਼ੱਕ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਵੀ ਬਹੁਤ ਸਾਰੇ
ਅੱਛੇ ਵੀ ਨੇ ਡੇਰੇ ਡੇਰੇ ਨਹੀਂ ਕਹਿ ਲਈਏ ਉਹਨਾਂ ਨੂੰ, ਕਿਉਂਕਿ ਜਿੱਥੇ ਚੀਜ਼ ਚੰਗਾ ਚੀਜ਼ ਦਿਖਾਈ ਜਾਂਦੀ ਉਹਨੂੰ ਗੁਰੂ ਘਰ ਕਿਹਾ ਜਾ ਸਕਦਾ। ਸੋ ਬਹੁਤ ਸਾਰੇ ਅਜਿਹੇ ਮਹਾਂਪੁਰਸ਼ ਵੀ ਹੋਏ ਨੇ ਜਿਹੜੇ ਚੰਗੀ ਸੇਧ ਦੇ ਰਹੇ ਨੇ, ਆਪਣੇ ਦੇਹ ਦੇ ਨਾਲ ਨਾ ਜੋੜ ਕੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਦੇ ਰਹੇ ਨੇ। ਇਸੇ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਨੂੰ ਲੈ ਕੇ ਜਿਸ ਦੇ ਨਾਲ ਅਸੀਂ ਇੱਕ ਸਮਾਜ ਨੂੰ ਚੰਗੀ ਸੇਧ ਦੇ ਸਕੀਏ, ਨਰੋਏ ਸਮਾਜ ਦੀ ਸਿਰਜਣਾ ਕਰ ਸਕੀਏ, ਸਾਨੂੰ ਗੁਰੂਆਂ ਨੇ ਉਪਦੇਸ਼ ਜੋ ਦਿੱਤੇ ਹੋਏ ਨੇ ਉਹਨਾਂ ਦੇ ਉੱਤੇ ਚੱਲ ਸਕੀਏ, ਉਹਨਾਂ ਵਿਸ਼ਿਆਂ ਦੇ ਉੱਤੇ ਲਗਾਤਾਰ ਅਸੀਂ ਇਹ ਵਿਚਾਰ ਚਰਚਾ ਵੱਖ ਵੱਖ ਐਪੀਸੋਡਸ ਦੇ ਵਿੱਚ ਜਾਰੀ ਰੱਖਾਂਗੇ। ਪਰ ਅੱਜ ਦੇ ਲਈ ਇੰਨਾ ਹੀ। ਡਾਕਟਰ ਸੋਹਣ ਸਿੰਘ ਪਪਰਾਲੀ ਜੀ ਦੇ ਨਾਲ ਫਿਰ ਕਿਸੇ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਉਦੋਂ ਤੱਕ ਜਗਦੀਪ ਸਿੰਘ ਥਲੀ ਨੂੰ ਦਿਓ ਇਜਾਜ਼ਤ। ਧੰਨਵਾਦ। ਤੁਸੀਂ ਵੇਖ ਰਹੇ ਹੋ ਪੰਜਾਬੀ ਲੋਕ ਚੈਨਲ।